ਹਿੰਦੂਸ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਗੁਰ ਇਕਬਾਲ ਸਿੰਘ ਸਵਾਗਤ ਕਰਦਾ ਪੰਜਾਬ ਦੀ ਜੇ ਅੱਜ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਕਿਸਾਨਾਂ ਦਾ ਸੰਘਰਸ਼ ਪੂਰੀ ਤਰ੍ਹਾਂ ਨਾਲ ਜੋਰ ਫੜ ਚੁੱਕਿਆ ਹੈ 25 ਦਾ ਕੀਤਾ ਹੋਇਆ ਬੰਦ ਦਾ ਐਲਾਨ ਦਾ ਅਸਰ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਕਿਤੇ ਨਾ ਕਿਤੇ ਇਹ ਵੀ ਪਤਾ ਲੱਗਿਆ ਕਿ ਇਸ ਬੰਦ ਕਰਕੇ ਦਿੱਲੀ ਦੇ ਵਿੱਚ ਇਸ ਦੀ ਗੂੰਜ ਆ ਜਿਹੜੀ ਉਹ ਪਹੁੰਚ ਚੁੱਕੀ ਹੈ ਜਿਸ ਤੋਂ ਬਾਅਦ ਸਿਆਸੀ ਹਲਕਿਆਂ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਵੱਲੋਂ ਜਿਹੜਾ ਆਪਣਾ ਤੋੜ ਵਿਛੋੜਾ ਹੈ ਉਹ ਕੇਂਦਰ ਦੀ ਸਰਕਾਰ ਵੱਲੋਂ ਕਰ ਲਿਆ ਗਿਆ। ਸੋ ਇੱਥੇ ਹੀ ਇਸ ਪੂਰੇ ਮਾਮਲੇ ਦੇ ਉੱਪਰ ਇਸ ਦੇ ਲੀਗਲ ਅਸਪੈਕਟਸ ਕੀ ਹੋਣਗੇ ਤੇ ਸਮਾਜਿਕ ਤੌਰ ਤੇ ਇਸ ਸੰਘਰਸ਼ ਨੂੰ ਕਿਸ ਪਾਸੇ ਵੱਲ ਲਜਾਇਆ ਜਾ ਸਕਦਾ ਹੈ ਹੋਰ ਤਿੱਖਾ ਕਿਸ ਤਰ੍ਹਾਂ ਕੀਤਾ ਜਾ ਸਕਦਾ ਇਹਨਾਂ ਸਾਰੀ ਗੱਲਾਂ ਦੇ ਉੱਪਰ ਵਿਚਾਰ ਚਰਚਾ ਕਰਨ ਵਾਸਤੇ ਸਾਡੇ ਨਾਲ ਬਹੁਤ ਵਧੀਆ ਗੈਸਟ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਤਾਰਫ ਤੁਹਾਡਾ ਇੱਕ ਇੱਕ ਕਰਕੇ ਕਰਵਾਉਣੇ ਨੇ ਸਭ ਤੋਂ ਪਹਿਲਾਂ ਸਾਡੇ ਨਾਲ ਮੇਰੇ ਇਧਰਲੇ ਪਾਸੇ ਬੈਠੇ ਨੇ ਪ੍ਰੋਫੈਸਰ ਅਮਨਦੀਪ ਸਿੰਘ ਜੀ ਜੋ ਕਿ ਤਲਵੰਡੀ ਸਾਬੋ ਕੈਂਪਸ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਉਹਨਾਂ ਤੋਂ ਅੱਗੇ ਜੇ ਗੱਲ ਕੀਤੀ ਜਾਵੇ ਤਾਂ ਐਡਵੋਕੇਟ ਸੁਦੀਪ ਸਿੰਘ ਜੀ ਮੌਜੂਦ ਨੇ ਉਹਨਾਂ ਤੋਂ ਨੈਕਸਟ ਜੇ ਗੱਲ ਕੀਤੀ ਜਾਵੇ ਤਾਂ ਗੁਰਪ੍ਰੀਤ ਸਿੰਘ ਆਰਟਿਸਟ ਜੋ ਕਿ ਆਪਣੀ ਪੇਂਟਿੰਗਸ ਦੇ ਨਾਲ ਸਮਾਜਿਕ ਵਿਸ਼ਿਆਂ ਤੇ ਰਾਜਨੀਤਿਕ ਵਿਸ਼ਿਆਂ ਦੇ ਉੱਪਰ ਚੋਟ ਪਹੁੰਚਾਉਣ ਤੇ ਸੱਟ ਮਾਰਨ ਦੇ ਵਿੱਚ ਮਾਹਰ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇਨੋਸ ਟੀਵੀ ਆਸਟ੍ਰੇਲੀਆ ਤੇ ਬਾਬਾਸ਼ੁਕਰੀਆ ਜੀ ਅ ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਮੈਂ ਤੁਹਾਡੇ ਤੋਂ ਇਹ ਜਿਹੜੀ ਗੱਲ ਆ ਸ਼ੁਰੂ ਕਰਨ ਲੱਗਿਆ ਕਿ ਅਸਲ ਦੇ ਵਿੱਚ ਜਿਹੜੇ ਇਹ ਬਿੱਲ ਹੈ ਜਿਹੜੇ ਹੂੰਦ ਵਿੱਚ ਲਿਆਂਦੇ ਗਈ ਹੈ ਕੇਂਦਰ ਸਰਕਾਰ ਨੂੰ ਇਹ ਕੀ ਲੋੜ ਪੈ ਗਈ ਕਿ ਇਹਨਾਂ ਨੂੰ ਇਸ ਸਮੇਂ ਜਦੋਂ ਕਿ ਇੱਕ ਪਾਸੇ ਕਰੋਨਾ ਦੀ ਮਹਾਮਾਰੀ ਕਾਰਨ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮੱਚੀ ਹੋਈ ਆ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਮੁੱਖ ਤੌਰ ਤੇ ਲਗਾਤਾਰ ਕੇਸ ਵੱਧ ਰਹੇ ਆ ਇਸ ਸਿਚੁਏਸ਼ਨ ਦੇ ਵਿੱਚ ਪਹਿਲਾਂ ਆਰਡੀਨੈਂਸ ਲਿਆਉਣੇ ਪਏ ਆਰਡੀਨੈਂਸ ਤੋਂ ਬਾਅਦ ਛੋਟੇ ਸਮੇਂ ਲਈ ਥੋੜੇ ਸਮੇਂ ਲਈ ਜਿਹੜਾ ਹੈਗਾ ਪਾਰਲੀਮੈਂਟ ਨੂੰ ਬੁਲਾ ਕੇ ਤੇ ਉਹਦੇ ਵਿੱਚ ਦਵਾ-ਦਾਵੇ ਬਿੱਲ ਪਾਸ ਕਰ ਦਿੱਤੇਗੇ ਕੀ ਕਾਰਨ ਸਮਝਦੇ ਆ ਜੀ ਇਹਦੇ ਬਾਰੇ ਮੇਰਾ ਖਿਆਲ ਹੈ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਆਪ ਹੀ ਪਹਿਲਾਂ ਕਹਿਤਾ ਸੀਗਾ ਕਿ ਮੁਸੀਬਤ ਚ ਮੌਕਾ ਲੱਭਣਾ ਚਾਹੀਦਾ ਤੇ ਇਹ ਪੁਰਾਣੀ ਪਰੰਪਰਾ ਹੈ ਜੀ ਇੱਕ ਕਿਤਾਬ ਵੀ ਇਸ ਸੰਬੰਧ ਵਿੱਚ ਮਿਲਦੀ ਹੈ ਸ਼ੌਕ ਡਾਕਟ੍ਰਿਨ ਉਹ ਪੰਜਾਬੀ ਵਿੱਚ ਤਰਜਮਾ ਤਰਜਮਾ ਵੀ ਉਹਦਾ ਹੋਇਆ ਹੋਇਆ ਸਦਮਾ ਸਿਧਾਂਤ ਦੇ ਨਾਂ ਤੇ ਨਿਉਮੀਕ ਲੈਂਦੀ ਉਹਦੇ ਵਿੱਚ ਉਹਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਜਿਹੜੀਆਂ ਸਰਕਾਰਾਂ ਨੇ ਉਹ ਲਗਾਤਾਰ ਕੀ ਕਰ ਰਹੀਆਂ ਨੇ ਕਿ ਜਿਹੜੀ ਪੂੰਜੀਵਾਦੀ ਲੁੱਟ ਹੈ ਉਹਨੂੰ ਹੋਰ ਤਿੱਖਾ ਕਰਨ ਵਾਸਤੇ ਜਦੋਂ ਵੀ ਕਦੇ ਸਮਾਜ ਵਿੱਚ ਕੋਈ ਸੰਕਟ ਆਉਂਦਾ ਹੈ ਜਾਂ ਕਈ ਵਾਰ ਸਮਾਜ ਸੰਕਟ ਪੈਦਾ ਕੀਤੇ ਜਾਂਦੇ ਆ। ਜੀ ਮੈਂ ਤਾਂ ਇਹ ਸਮਝਦਾ ਹਾਂ ਕਿ ਨੋਟਬੰਦੀ ਇੱਕ ਇਹੋ ਜਿਹਾ ਸੰਕਟ ਸੀ ਜਿਹੜਾ ਜਾਣਬੁੱਝ ਕੇ ਪੈਦਾ ਕੀਤਾ ਗਿਆ ਸੀਗਾ। ਤੋਂ ਇਹੋ ਜਿਹੇ ਸੰਕਟ ਜਾਂ ਹੋਣ ਜਾਂ ਪੈਦਾ ਕੀਤੇ ਜਾਣ ਤਾਂ ਕਿ ਲੁੱਟ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਹੁਣ ਤੁਸੀਂ ਦੇਖੋ ਵੀ ਪਿਛਲੇ ਲੰਬੇ ਸਮੇਂ ਤੋਂ ਭਾਰਤ ਵਿੱਚ ਸਥਿਤੀ ਕੀ ਸਿਆਰਥਿਕਤਾ ਦੀ ਕਿ ਜਿਹੜਾ ਖਪਤਕਾਰ ਆ ਉਹਦੀ ਜੇਬ ਵਿੱਚ ਪੈਸਾ ਨਹੀਂਗਾ। ਜੀ ਉਹ ਇੰਡਸਟਰੀ ਦੀਆਂ ਚੀਜ਼ਾਂ ਖਰੀਦ ਨਹੀਂ ਰਿਆ ਜੀ ਤਾਂ ਹੁਣ ਕੀ ਚੀਜ਼ ਬਚੀ ਹੈ ਜਿਹਦੇ ਤੇ ਲੋਕਾਂ ਦੇ ਜੇਬ ਚੋਂ ਪੈਸਾ ਕਢਵਾਇਆ ਜਾ ਸਕਦਾ ਉਹ ਹੈ ਅਨਾਜ ਜ਼ਰੂਰੀ ਵਸਤਾਂ ਉਹਨਾਂ ਦੇ ਸਬੰਧ ਵਿੱਚ ਹੁਣ ਕਾਨੂੰਨ ਲਿਆ ਕੇ ਉਹਨਾਂ ਨੂੰ ਜਿਹੜੀ ਪੂੰਜੀਪਤੀਆਂ ਦੇ ਹਵਾਲੇ ਕਰਕੇ ਕਿਸਾਨ ਤੋਂ ਵੀ ਤੇ ਖਪਤਕਾਰਾਂ ਤੋਂ ਵੀ ਉਹ ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ ਲੈ ਆਂਦਾ ਜਾਂ ਹੋਰ ਜਿਹੜੀਆਂ ਤਬਦੀਲੀਆਂ ਲਿਆਂਦੀਆਂ ਗਈਆਂ ਉਹ ਐਸੇ ਕਰਕੇ ਆ ਕਿ ਹੁਣ ਕਿਤੋਂ ਵੀ ਪੂੰਜੀਵਾਦ ਨੂੰ ਮੌਕਾ ਨਹੀਂ ਸੀ ਮਿਲ ਰਿਹਾਗਾ ਉਹ ਜਿਹੜਾ ਲੁੱਟ ਕਰਨ ਦਾ ਉਹ ਹੁਣ ਇੱਕ ਮੌਕੇ ਦੇ ਤੌਰ ਉੱਤੇ ਇਹ ਮੁਸੀਬਤ ਵਿੱਚ ਮੌਕਾ ਜਿਹੜਾ ਸਰਕਾਰ ਨੇ ਦੇਖਿਆ ਤੇ ਆਪਦਮੇ ਅਵਸਰ ਜਿਹੜਾ ਉਹ ਹਿੰਦੀ ਵਿੱਚ ਆਪਾਂ ਪੰਜਾਬੀ ਵਿੱਚ ਉਹਨੂੰ ਕਰ ਦਈਏ ਤਾਂ ਮੁਸੀਬਤ ਵਿੱਚ ਮੌਕਾ ਆ ਗਿਆ ਤੇ ਉਹ ਕੰਮ ਇਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਪਾਸੇ ਜਿਹੜੇ ਸਾਡੇ ਕਿਸਾਨ ਭਾਈਚਾਰਾ ਸਾਡੇ ਕਿਸਾਨ ਵੀਰ ਨੇ ਉਸ ਬਿੱਲ ਦਾ ਪੁਰਜ਼ੋਰ ਵਿਰੋਧ ਕਰ ਲਏ ਨੇ ਤੇ ਨਾਲ ਹੀ ਨਾਲ ਪ੍ਰਧਾਨ ਮੰਤਰੀ ਸਾਹਿਬ ਤੇ ਉਹਨਾਂ ਦੀ ਪੂਰਾ ਮੰਤਰੀ ਮੰਡਲ ਇਸ ਗੱਲ ਤੇ ਜ਼ੋਰ ਦੇਣ ਵਾਸਤੇ ਲੱਗਿਆ ਹੋਇਆ ਕਿ ਇਹ ਬਿੱਲ ਹੈ ਜਿਹੜਾ ਕਿਸਾਨਾਂ ਦੇ ਪੱਕੇ ਦੇ ਵਿੱਚ ਆ। ਇਸ ਬਿੱਲ ਨਾਲ ਜਿਹੜਾ ਕਿਸਾਨਾਂ ਦੀਆਂ ਆਉਣ ਵਾਲੀਆਂ ਜਿਹੜੀਆਂ ਪੀੜੀਆਂ ਉਹ ਕੁਸ਼ਾਲ ਹੋ ਜਾਣੀਆਂ, ਸੁਖੀ ਹੋ ਜਾਣੀਆਂ। ਇਹਦੇ ਵਿੱਚ ਕਿਸ ਕਿਸ ਗੱਲ ਤੱਕ ਤੁਸੀਂ ਸਮਝਦੋ ਕਿਸ ਹੱਦ ਤੱਕ ਕਿਸਾਨ ਸਹੀ ਨੇ ਤੇ ਕਿਸ ਹੱਦ ਤੱਕ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਾਂ ਸਾਡੇ ਹੋਰ ਕੈਬਨਿਟ ਦੇ ਜਿਹੜੇ ਮਿਨਿਸਟਰ ਨੇ ਉਹ ਸਹੀ ਆਖ ਰਹੇ ਨੇ। ਇੱਥੇ ਸਮਝਣ ਦੀ ਗੱਲ ਜਿਹੜੀ ਉਹ ਥੋੜਾ ਜਿਹਾ ਇਹਨੂੰ ਕਲੀਅਰ ਕਰਕੇ ਦੱਸੋ। ਦੇਖੋ ਜੀ ਇਹ ਹਮੇਸ਼ਾ ਹੀ ਸਰਕਾਰਾਂ ਇਸ ਤਰ੍ਹਾਂ ਕਰਦੀਆਂ। ਇਹ ਕਾਨੂੰਨ ਲੋਕਾਂ ਦੇ ਵਿਰੁੱਧ ਹੁੰਦਾ ਬਟ ਉਹਨੂੰ ਨਾਂ ਇਹੋ ਜਿਹਾ ਦਿੱਤਾ ਜਾਂਦਾ ਕਿ ਬੜਾ ਲੁਭਾਉਣਾ ਹੁੰਦਾ ਨਾਂ ਉਹ ਜਿਵੇਂ ਤੁਸੀਂ ਕਹਿੰਨੇ ਆ ਵੀ ਰਿਫਾਰਮਸ ਆਰਥਿਕਸ ਤੋਂ ਦਾ ਲੋਕਾਂ ਨੂੰ ਲੱਗਦਾ ਪਤਾ ਨਹੀਂ ਕੀ ਸੋਧ ਕਰ ਰਹੇ ਨੇ ਜਾਂ ਜਿਹੜਾ ਖੁੱਲੀ ਮੰਡੀ ਕਰਤੀ ਜੀ ਤਾਂ ਇਹ ਨਾਂ ਇਹੋ ਜਿਹਾ ਲਿਵਾਉਣੇ ਦਿੱਤੇ ਜਾਂਦੇ ਆ ਤਾਂ ਇਸੇ ਕਿਸਮ ਦੇ ਨਾਲ ਇਹ ਨਾਂ ਇਹੋ ਜਿਹਾ ਦਿੱਤਾ ਗਿਆ ਅਸਲ ਦੇ ਵਿੱਚ ਇੱਕ ਗੱਲ ਬੜੀ ਪੁਰਾਣੀ ਆ ਕਹਿੰਦੇ ਆ ਵੀ ਜੁੱਤੀ ਕਿੱਥੇ ਲੱਗਦੀ ਓ ਪੈਨ ਵਾਲੇ ਨੂੰ ਪਤਾ ਹੁੰਦਾ ਵੀਰਰ ਨੋਜ਼ ਵੇਅਰ ਦਾ ਸ਼ੂ ਪਿੰਚਸ ਤੁਸੀਂ ਡਾਕਟਰ ਕੋਲੇ ਜਾਨੇ ਡਾਕਟਰ ਤੁਹਾਨੂੰ ਪੁੱਛਦਾ ਪਹਿਲਾਂ ਵੀ ਤੁਹਾਨੂੰ ਕੀ ਤਕਲੀਫ ਹੈ ਤੁਸੀਂ ਦੱਸ ਦਿਓ ਮੇਰਾ ਪੇਟ ਦੁਖਦਾ ਜੇ ਡਾਕਟਰ ਤੁਹਾਨੂੰ ਜਾਂਦਿਆਂ ਨੂੰ ਕਹਵੇ ਵੀ ਭਾਈ ਤੁਹਾਡੀ ਝੜ ਦੋਹਦੀ ਤੁਸੀਂ ਆਖੋ ਨਹੀਂ ਜੀ ਮੇਰਾ ਤਾਂ ਸਿਰ ਦੁਖਦਾ ਨਾ ਤੁਹਾਡੀ ਝੜ ਦੁਖਦੀ ਮੈਂ ਪਹਿਲੇ ਝੜ ਕੱਢੂੰਗਾ ਸਿਰ ਦਾ ਤਾਂ ਇਲਾਜ ਹੀ ਨਹੀਂ ਕਰਨਾਗਾ ਤਾਂ ਜੋ ਡਾਕਟਰ ਆਪਾਂ ਇਹੋ ਜਿਹਾ ਡਾਕਟਰ ਦੀ ਭੂਮਿਕਾ ਇਸ ਵੇਲੇ ਭਾਰਤ ਸਰਕਾਰ ਨਿਭਾ ਰਹੀ ਹੈ ਜਿਹਦੇ ਵਿੱਚ ਕਿ ਉਹ ਲੋਕਾਂ ਨੂੰ ਨਹੀਂ ਪੁੱਛ ਰਹੀ ਕਿਸਾਨ ਕਦੇ ਮੰਗ ਨਹੀਂ ਸੀ ਕਰ ਰਹੇ ਇਹਨਾਂ ਬਿੱਲਾਂ ਦੀ ਕਿਸਾਨ ਦੀ ਮੰਗ ਨਹੀਂ ਸੀ ਇਹ ਮੰਗ ਕੀ ਦੀ ਸੀ ਇਹ ਸੋਚਣ ਵਾਲੀ ਗੱਲ ਹੈ ਵੀ ਇਹ ਜਿਹੜੇ ਬਿੱਲ ਲਿਆਂਦੇ ਗਏ ਨੇ ਜੇ ਕਿਸਾਨ ਇਹ ਕਹਿ ਰਹੇ ਨੇ ਹੱਥ ਖੜੇ ਕਰ ਕਰਕੇ ਸੜਕਾਂ ਤੇ ਆ ਕੇ ਕਰੋਨਾ ਦੇ باوجود ਇੰਨੇ ਵੱਡੇ ਵੱਡੇ ਇਕੱਠ ਕਰਕੇ ਕਹਿ ਰਹੇ ਨੇ ਵੀ ਸਾਨੂੰ ਇਹ ਬਿੱਲ ਨਹੀਂ ਚਾਹੀਦੇ ਤੇ ਪ੍ਰਧਾਨ ਮੰਤਰੀ ਸਾਹਿਬ ਜਾਂ ਉਹਨਾਂ ਦੇ ਮੰਤਰੀ ਕਹਿ ਰਹੇ ਨੇ ਵੀ ਤੁਹਾਨੂੰ ਅਸੀਂ ਆਜ਼ਾਦੀ ਦੇਣੀ ਹੈ ਧੱਕੇ ਨਾਲ ਤੂੰ ਇਹ ਕਿਹੋ ਜੀ ਆਜ਼ਾਦੀ ਹੈ ਜਿਹੜੀ ਵੀ ਲੋਕ ਚਾਹੁੰਦੇ ਨੇ ਤੁਸੀਂ ਦੇਣਾ ਚਾਹੁੰਦੇ ਹੋ ਇਹ ਕਿਹਦੇ ਹੱਕ ਚ ਆਇਆ ਆਜ਼ਾਦੀ ਜੀ ਆ ਵਿਕਲਪ ਸਭਾ ਹਮਾ ਤੁਹਾਡੇ ਕੋਲ ਆ ਰਹੇ ਆ ਕਿ ਬਿੱਲ ਆ ਜਿਹੜੇ ਕਾਨੂੰਨ ਬਣ ਚੁੱਕੇ ਆ ਲਗਾਤਾਰ ਜਿਹੜਾ ਹੈਗਾ ਇਸ ਸੰਬੰਧੀ ਪ੍ਰਚਾਰ ਵੀ ਕੀਤੇ ਜਾ ਰਹੇ ਆ ਕਿ ਗ੍ਰਾਮ ਸਭਾਵਾਂ ਦੇ ਵਿੱਚ ਇਸ ਬਿੱਲ ਦੇ ਖਿਲਾਫ ਜਿਹੜੇ ਆ ਉਹ ਮਤੇ ਪਾਏ ਜਾਣ ਇਸ ਤੋਂ ਇਲਾਵਾ ਜੇ ਅਗਲੀ ਗੱਲ ਕਰੀਏ ਤਾਂ ਪ੍ਰਚਾਰ ਇਹ ਵੀ ਹੈ ਵੀ ਇਹਨਾਂ ਬਿੱਲਾਂ ਨੂੰ ਕਿਤੇ ਨਾ ਕਿਤੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਚੈਲੰਜ ਕੀਤਾ ਜਾ ਸਕਦਾ ਹੈ ਤੁਸੀਂ ਲੀਗਲੀ ਤੌਰ ਤੇ ਕਿਵੇਂ ਦੇਖਦੇ ਹੋ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਇਸ ਸਮੇਂ ਸੋਸ਼ਲ ਮੀਡੀਆ ਦੇ ਉੱਪਰ ਪੂਰੀ ਤਰ੍ਹਾਂ ਨਾਲ ਲਗਾਤਾਰ ਉਹਨਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਉਹਨਾਂ ਨੂੰ ਬੋਲ ਕੇ ਦੱਸਿਆ ਜਾ ਰਿਹਾ ਸਾਡੇ ਕੁਝ ਪਾਰਲੀਮੈਂਟ ਦੇ ਮੈਂਬਰ ਹੈ ਜਿਹੜੇ ਉਹ ਵੀ ਲਗਾਤਾਰ ਇਸ ਸੰਬੰਧੀ ਬਿਆਨ ਦਿੰਦੇ ਨਜ਼ਰ ਆ ਰਹੇ ਨੇ ਸੋ ਤੁਸੀਂ ਕੀ ਕਹਿੰਦੇ ਹੋ ਕਿ ਇਹਨਾਂ ਜਿਹੜੀਆਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਇਹਨਾਂ ਵਿੱਚ ਸੱਚਾਈ ਕਿੰਨੀ ਹੈ ਕਿ ਐਦਾਂ ਹੋ ਸਕਦਾ ਦੇਖੋ ਜੀ ਜਿੱਥੋਂ ਤੱਕ ਕਾਨੂੰਨੀ ਨੁਕਤਾ ਨਜ਼ਰ ਹੈ ਤਾਂ ਕਾਨੂੰਨੀ ਨੁਕਤਾ ਨਜ਼ਰ ਦੇ ਵਿੱਚ ਜਿਹੜੇ ਆਰਡੀਨੈਂਸ ਪਹਿਲਾਂ ਪਾਸ ਹੋਏ ਸੀ ਇਹ ਪਹਿਲਾ ਆਰਡੀਨੈਂਸ ਦੇ ਰੂਪ ਚਾਏ ਸੀ ਇਹ ਪਾਸਾਰੇ ਜਾਣਦੇ ਹੁਣ ਬਿਲ ਦੇ ਰੂਪ ਚਾਏ ਨੇ ਇਹ ਪੂਰੀ ਤਰ੍ਹਾਂ ਪਾਰਲੀਮੈਂਟ ਦੇ ਅਖਤਿਆਰ ਚ ਨੇ ਜੀ ਪਾਰਲੀਮੈਂਟ ਦੇ ਵਿੱਚ ਇਹ ਜਿਹੜੀ ਕੰਕਰੈਂਟ ਲਿਸਟ ਹੈ ਤੇ ਯੂਨੀਅਨ ਲਿਸਟ ਹੈ ਕਿਉਂਕਿ ਟ੍ਰੇਡ ਨਾਲ ਰਿਲੇਟਡ ਨੇ ਜੀ ਇੰਟਰ ਸਟੇਟ ਟ੍ਰੇਡ ਦੇ ਵਿੱਚ ਉਹਨਾਂ ਨੇ ਇਸ ਹਿਸਾਬ ਨਾਲ ਇਹਨਾਂ ਨੂੰ ਫਾਰਮੂਲੇਟ ਕੀਤਾ ਮੈਂ ਇਹਨੂੰ ਵਾਜਬ ਨਹੀਂ ਠਹਿਰਾ ਰਿਹਾ ਪਰ ਮੈਂ ਪ੍ਰਕਿਰਿਆ ਦੇ ਵਜੋਂ ਦੱਸ ਰਿਹਾ ਜੀ ਵੀ ਇਹ ਸਾਰੇ ਜਿਹੜੇ ਉਸ ਦੇ ਉਹਨਾਂ ਨੇ ਫਾਰਮੂਲੇਸ਼ਨ ਇਸ ਹਿਸਾਬ ਨਾਲ ਕੀਤੀ ਹੈ ਵੀ ਜੇ ਕਾਨੂੰਨੀ ਤੌਰ ਦੇ ਉੱਤੇ ਇਹ ਸੁਪਰੀਮ ਕੋਰਟ ਚ ਜਾਂਦੇ ਨੇ ਸੁਪਰੀਮ ਕੋਰਟ ਚ ਜਾ ਕੇ ਚੈਲੰਜ ਹੁੰਦਾ ਆਧਾਰਤਾ ਜਾਂ ਤਾਂ ਲਿਸਟਾਂ ਬਣਨ ਗਿਆ ਵੀ ਇਹ ਸਟੇਟ ਲਿਸਟ ਚ ਸੀਗੇ ਸੈਂਟਰਲਿਸਟ ਚ ਹੈ ਨਹੀਂ ਸੀ ਕੰਕਰੈਂਟ ਲਿਸਟ ਚ ਹੈ ਨਹੀਂ ਸੀ ਤਾਂ ਇਹ ਹਕੀਕਤ ਨਹੀਂ ਹੈ ਕਾਨੂੰਨੀ ਤੌਰ ਦੇ ਤੇ ਉਹ ਮਤਲਬ ਉਹਨਾਂ ਦੇ اختیار ਚ ਬਣਦੀ ਹੈ ਕਿਉਂਕਿ ਉਹਨਾਂ ਨੇ ਇੰਟਰ ਸਟੇਟ ਟ੍ਰੇਡ ਦੇ ਹਿਸਾਬ ਦੇ ਨਾਲ ਬਣਾਇਆ ਇਸ ਨੂੰ ਦੂਸਰਾ ਜਿਹੜਾ ಗ್ರಾಮ ਸਭਾ ਵਾਲਾ ਨੁਕਤਾ ਆਇਆ ਹੈ ಗ್ರಾಮ ਸਭਾ ਜਿਹੜਾ ਐਕਟ ਹੈ ਓਹੋ ਐਕਟ ਦੇ ਵਿੱਚ ਇਹੋ ਜੀ ਕੋਈ ਪ੍ਰੋਵੀਜ਼ਨ ਨਹੀਂ ਹੈ ਉਹਨੂੰ ਮੈਂ ਕਾਨੂੰਨੀ ਤੌਰ ਤੇ ਉੱਤੇ ਨਹੀਂ ਜਾਂਦਾ ਕਿ ਕਾਮਨ ਸੈਂਸ ਦੇ ਹਿਸਾਬ ਨਾਲ ਆਪਾਂ ਗੱਲ ਕਰੀਏ ਕਿਉਂਕਿ ਕੋਈ ਲੀਗਲ ਪ੍ਰੋਵੀਜ਼ਨ ਤਾਂ ਹੈ ਹੀ ਨਹੀਂ ਇਹਨੂੰ ਤਾਂ ਮਤਲਬ ਕੋਈ ਹੈ ਹੀ ਨਹੀਂ ਗ੍ਰਾਮ ਸਭਾ ਇਸ ਪਾਰਲੀਮੈਂਟ ਦੇ ਐਕਟ ਨੂੰ ਚੈਲੰਜ ਕਰ ਸਕਦੀ ਹੈ ਕਿਤੇ ਪਰ ਇੱਕ ਸਧਾਰਨ ਜੇ ਆਪਾਂ ਕਾਮਨ ਸੈਂਸ ਦੇਖੀਏ ਜੀ ਵੀ ਮੈਂਬਰ ਪਾਰਲੀਮੈਂਟ ਜਿਹੜਾ ਹੈਗਾ ਸਭ ਤੋਂ ਵੱਡਾ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਐਜ਼ ਪਰ आवर ਕਨਸਟੀਟਿਊਸ਼ਨ ਜੀ ਰਾਈਟ ਉਹ ਜਿਹੜੇ 543 ਜਾਂ ਜਿੰਨੇ ਵੀ ਉੱਥੇ ਬੈਠੇ ਨੇ ਉਹਨਾਂ ਨੇ ਵਿਧੀਵਤ ਤਰੀਕੇ ਨਾਲ ਉੱਥੇ ਉਹ ਪਾਸ ਕੀਤਾ ਉਹ ਕੀ ਸਿਆਸਤ ਹੋਈਆ ਉਹਨੂੰ ਛੱਡ ਦਿਓ ਸਭ ਤੋਂ ਵੱਡੀ ਇਲੈਕਟਿਡ ਬਾਡੀ ਨੇ ਜੇ ਪਾਸ ਕੀਤਾ ਉਹਨੂੰ ਆਪਾਂ ਕਹੀਏ ਵੀ ਗ੍ਰਾਮ ਸਭਾ ਇੱਕ ਪਿੰਡ ਦੀ ਸਭਾ ਜਾਂ ਸਭਾਵਾਂ ਸਾਰੀਆਂ ਵੀ ਰਲ ਜਾਣ ਤਾਂ ਇਸ ਹਸਾਬ ਨਾਲ ਉਸ ਨੂੰ ਚੈਲੰਜ ਕਰ ਦੇਣ ਗਿਆ ਕੋਈ ਇਹ ਉਹਨਾਂ ਦਾ ਲੀਗਲ ਗਰਾਉਂਡ ਬਣਦਾ ਹੈ ਇਸ ਤੇ ਵਿਸ਼ਵਾਸ ਕਰਨਾ ਨਾ ਵਕਫੀ ਹੈ ਔਰ ਜੇ ਇਸ ਨੂੰ ਕੋਈ ਸਜਾਉਂਦਾ ਤਾਂ ਮੈਂ ਨਰਮ ਤੋਂ ਨਰਮ ਲਫ਼ਜ਼ ਮੈਨੂੰ ਇਹੀ ਆਉਂਦਾ ਵੀ ਔਰ ਅਸਲ ਜੇ ਤੂਰ ਤਤਾ ਹੈ ਕਿਉਂਕਿ ਜਿਹੜੀ ਐਜੀਟੇਸ਼ਨ ਹੈ ਇਹਦਾ ਕੋਈ ਲੀਗਲ ਬੇਸਿਸ ਨਹੀਂ ਇਸ ਕਰਕੇ ਜੇ ਕਾਨੂੰਨੀ ਤੌਰ ਤੇ ਤੁਸੀਂ ਚੁਣੌਤੀ ਦੀ ਗੱਲ ਕਰਨੀ ਹੈ ਸੁਪਰੀਮ ਕੋਰਟ ਦੇ ਵਿੱਚ ਆਪਾਂ ਪਹਿਲਾਂ ਵੀ ਸੁਪਰੀਮ ਕੋਰਟ ਦੇ ਵਿੱਚ ਹੋਰ ਕੇਸ ਇਸ ਦੇ ਨਾਲ ਦੇ ਗਏ ਦੇਖੇ ਨੇ ਤਾਂ ਆਪਾਂ ਉੱਥੇ ਇਹਨੂੰ ਪੰਜਾਬੀ ਦਾ ਮਹਾਰਾ ਵੀ ਝੋਟਿਆਂ ਦੇ ਘਰੋਂ ਲੱਸੀਆਂ ਭਾਲਣ ਵਾਲੀ ਗੱਲ ਹੈ ਜੋ ਵੀ ਇਸ ਬਿਲਾਂ ਦੇ ਸੰਬੰਧੀ ਫੈਸਲਾ ਹੋਣਾ ਹੈ ਇੱਕ ਮੈਂ ਹੋਰ ਤੁਹਾਡੇ ਵਾਅਦਾ ਕਰਦਾ ਹਾਂ ਵੀ ਇਹ ਜਿਹੜਾ ਸੈਸ਼ਨ ਹੁਣ ਸ਼ੁਰੂ ਹੋਇਆ ਹੈ ਤਿੰਨ ਬਿਲ ਤਾਂ ਆਪਣੀ ਚਰਚਾ 'ਚ ਆ ਗਏ 25 ਬਿਲ ਪਾਸ ਹੋਏ ਨੇ ਟੋਟਲ ਜਿੰਨਾ ਚੋ ਤਿੰਨ ਬਿਲ ਜਿਹੜੇ ਹੈਗੇ ਨੇ ਲੇਬਰ ਬਿਲਸ ਨੇ ਔਰ ਉੱਚ ਬਹੁਤ ਸਵੀਪਿੰਗ ਮਤਲਬ ਉਹਦੇ ਚ ਹੁੰਝਾ ਫੇਰਿਆ ਹੈ ਲੇਬਰ ਰਾਈਟਸ ਦੇ ਉੱਤੇ ਕੰਟਰੈਕਚੁਅਲ ਜਿਹੜੀ ਉਹ ਸੀਗੀ ਉਹਨਾਂ ਨੇ ਵਾਈਡ ਕੀਤੀ ਚਲੋ ਆਪਣੀ ਚਰਚਾ ਦਾ ਵਿਸ਼ਾ ਨਹੀਂ ਹੈ ਤਾਂ ਜਿੰਨ ਕੇ ਵਾਈਡ ਸਪਰੈਡ ਕਰਤੀ ਲੋਕਾਂ ਤੇ ਹਮਲਾ ਹੋਇਆ ਇਹ ਸਾਰੇ ਜਿਹੜੇ ਬਿਲ ਪਾਸ ਕੀਤੇ ਨੇ ਇਹ ਕਨਸਟੀਟਿਊਸ਼ਨ ਤੇ ਉਹਨਾਂ ਨੇ ਸਾਰਾ ਆਪਦੇ ਚਾਰਜ ਹੋਈਆਂ ਆਪੂਗੀਆਂ ਕਰਕੇ ਕੀਤੇ ਨੇ ਪਰ ਇਹਨਾਂ ਦੇ ਉੱਤੇ ਜਿਹੜੇ ਨਤਾਰੇ ਹੋਣੇ ਨੇ ਉਹ ਜਿਹੜੇ ਸਭ ਤੋਂ ਵੱਡਾ ਦੇਸ਼ ਦੀ ਜਮਹੂਰੀਅਤ ਹੈ ਉਹ ਸੜਕਾਂ ਦੇ ਉੱਤੇ ਜੋ ਅੱਜ ਕੱਲ ਲੋਕ ਪ੍ਰੋਟੈਸਟ ਕਰ ਰਹੇ ਨੇ ਲੋਕਾਂ ਦਾ ਜੋਰ ਕਿੰਨਾ ਲੋਕਾਂ ਦੀ ਏਕਤਾ ਕਿੰਨੀ ਹੈ ਇਹਦੇ ਨਾਲ ਇਹਦਾ ਕੋਈ ਫੈਸਲਾ ਹੋਣਾ ਹੈ ਇਹਦੇ ਨਾਲ ਇਸ ਦੇ ਨਿਰਣੇ ਹੋਣੇ ਨੇ ਇਹਦੇ ਨਾਲ ਸਰਕਾਰਾਂ ਨੇ ਪਿੱਛੇ ਹਟਣਾ ਹੈ ਜੇ ਆਪਾਂ ਇਸ ਲੜਾਈ ਨੂੰ ਕੋਈ ਇਹੋ ਜਿਹਾ ਗੱਲ ਕਿਸੇ ਵੀ ਕਾਰਨਰ ਤੋਂ ਆਉਂਦੀ ਹੈ ਵੀ ਇਸ ਸੰਘਰਸ਼ ਨੂੰ ਪਿੱਕਾ ਪਾ ਕੇ ਕੋਈ ਕਾਨੂੰਨੀ ਚਾਰਾ ਜੋਈ ਹੋ ਸਕਦੀ ਹੈ ਕੋਈ ਕਿ ਹੋਰ ਕੋਈ ਵੀ ਚਾਰਾ ਜੋ ਜਿਹੜੇ ਇਸ ਦੇ ਜਿਹੜੇ ਚੁਣੇ ਹੋਏ ਜਿਹੜੇ ادارے ਨੇ ਉਹਨਾਂ ਵਿੱਚ ਹੋ ਸਕਦੀ ਹੈ ਇਹ ਬਿਲਕੁਲ ਸੰਭਵ ਨਹੀਂ ਹੈ ਇੱਕ ਗੱਲ ਮੈਂ ਹੋਰ ਆਪਾਂ ਸਮਝ ਲਈਏ ਜਿਹੜਾ ਦੋਹਾ ਰਾਉਂਡ ਹੋਇਆ ਸੀ ਅਸੀਂ ਇੰਟਰਨੈਸ਼ਨਲ ਐਗਰੀਮੈਂਟਾਂ ਦੇ ਪਾਰਟ ਆ ਉੱਥੇ ਅਸੀਂ ਆਪਦੇ ਹੱਥ ਵੜਾਏ ਹੋਏ ਨੇ ਡੰਕਲਗਾੜ ਤੋਂ ਸ਼ੁਰੂ ਹੋ ਕੇ ਜਿਹੜੇ ਵਿਸ਼ਵ ਵਪਾਰ ਮੰਟ ਦੇ ਦੋਹਾ ਰਾਉਂਡ ਹੋਏ ਨੇ ਇਹ ਸਾਰੇ ਜਿਹੜੇ ਬਿੱਲ ਪਾਸ ਹੋਏ ਹੋਏ ਨੇ ਇਹ ਜੋ ਸਾਡੀਆਂ ਸਰਕਾਰਾਂ ਉੱਥੇ ਗੋਡੇ ਟੇਕ ਕੇ ਆਈਆਂ ਨੇ ਇਹ ਉਹਨਾਂ ਦੇ ਰਾਹੀਂ ਯਾਨੀ ਕਿ ਅਸੀਂ ਇਕੱਲੇ ਬਿਲਾ ਨੂੰ ਦੇਖ ਲੈਣੇ ਆ ਤਾਂ ਇੱਕ ਪੂਰਾ ਤਾਣਾ ਬਾਣਾ ਇਹ ਕਾਨੂੰਨੀ ਚਾਰਾ ਜੋਈਆਂ ਰਾਹੀਂ ਹੱਲ ਹੋਣ ਵਾਲਾ ਨਹੀਂ ਹੈ ਇਸ ਕਰਕੇ ਇਸ ਦਾ ਜੋ ਲੋਕਾਂ ਨੇ ਰਸਤਾ اختیار ਕੀਤਾ ਹੈ ਲੋਕ ਸੰਘਰਸ਼ ਕਰ ਰਹੇ ਨੇ ਇਹ ਤੋਂ ਬਿਨਾ ਹੋਰ ਕੋਈ ਬਦਲ ਨਹੀਂ ਹੈ ਗੁਰਪ੍ਰੀਤ ਜੀ ਹੁਣ ਮੈਂ ਤੁਹਾਡੇ ਕੋਲੇ ਆਉਣਾ ਚਾਹੂੰਗਾ ਕਿ ਆਪਾਂ 25 ਤਰੀਕ ਨੂੰ ਦੇਖਿਆ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਜੋ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਇੱਕ ਕਾਲ ਦਿੱਤੀ ਗਈ ਸੀ ਇਸ ਬਿੱਲ ਦੇ ਖਿਲਾਫ ਇਸ ਬਿੱਲ ਦੇ ਵਿਰੋਧ ਦੇ ਵਿੱਚ ਉਸ ਵਿਰੋਧ ਦੇ ਵਿੱਚ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਵੀ ਸ਼ਾਮਲ ਹੋਈਆਂ ਨਾਲ ਨਾਲ ਪੰਜਾਬ ਦੇ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਵੱਡੇ ਪੱਧਰ ਤੇ ਜਿਹੜੇ ਸੰਘਰਸ਼ ਆ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕੀਤੇ ਗਏ ਸੋ ਕਿਤੇ ਨਾ ਕਿਤੇ ਉੱਥੇ ਥੋੜੀ ਜੀ ਗੱਲ ਦੇਖਣ ਨੂੰ ਇਹ ਵੀ ਮਿਲੀ ਕਿ ਜੋ ਸਾਡੇ ਪੰਜਾਬ ਦਾ ਕਲਾਕਾਰ ਹੈ ਜਿਨ੍ਹਾਂ ਨੂੰ ਯੂਥ ਲਗਭਗ ਬੜੇ ਮਤਲਬ ਪਾਗਲਪਨ ਦੀ ਹੱਦ ਤੱਕ ਜਿਹੜਾ ਫਾਲੋ ਕਰਦਾ ਤੇ ਉਹ ਵੀ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਵੱਖ-ਵੱਖਤਾ ਜਿਹੜੀ ਨਜ਼ਰ ਆਈ ਹੈ ਕਿ ਕੋਈ ਕਿਤੇ ਜਾ ਕੇ ਬਹਿ ਗਿਆ ਕੋਈ ਕਿਤੇ ਜਾ ਕੇ ਬਹਿ ਗਿਆ ਉਹਨਾਂ ਨੇ ਅਲੱਗ-ਅਲੱਗ ਤੌਰ ਤੇ ਇਸ ਸੰਘਰਸ਼ ਦਾ ਹਿੱਸਾ ਬਣਿਆ ਤੇ ਕਿਤੇ ਇਹ ਵੀ ਨਜ਼ਰ ਆਇਆ ਕਿ ਉਹਨਾਂ ਦੀ ਜਿਹੜੀ ਜਥੇਬੰਦੀਆਂ ਨਾਲ ਜਿਹੜੇ ਕਿਸਾਨਾਂ ਨਾਲ ਜਿਨ੍ਹਾਂ ਦੇ ਵਾਸਤੇ ਪ੍ਰੋਟੈਸਟ ਕੀਤਾ ਜਾ ਰਿਹਾ ਉਹਨਾਂ ਨਾਲ ਵੀ ਸਾਂਝ ਆ ਜਿਹੜੀ ਉਹ ਕਿਤੇ ਨਾ ਕਿਤੇ ਜਿਹੜੀ ਘੱਟ ਨਜ਼ਰ ਆਈ ਕੀ ਕਹਿਣਾ ਚਾਹੋਗੇ ਅ ਕੱਲ ਹੈ ਜੀ ਕਿ ਪਹਿਲੀ ਗੱਲ ਤਾਂ ਇਹ ਜਿਹੜੇ ਹੁਣ ਬਿੱਲ ਬਣ ਗਏ ਹਨ ਜੀ ਇਹਨਾਂ ਦਾ ਜਿਵੇਂ ਸੁਦੀਪ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਇਸ ਤਰ੍ਹਾਂ ਦਾ ਭਾਵੇਂ ಗ್ರಾಮ ਸਭਾ ਜਾਂ ਹੋਰ ਇਹ ਹੱਲ ਨਹੀਂ ਇਹਨਾਂ ਦੇ ਇਹੀ ਇਹ ਵੀ ਆਖਿਆ ਹੁਣੇ ਆਖਿਰ ਤੇ ਕਿ ਇਹਦਾ ਇੱਕੋ ਹੀ ਹੱਲ ਹੈ ਤਿੱਖਾ ਸੰਘਰਸ਼ ਜੀ ਉਹ ਪੋਲਿਟੀਕਲ ਸੰਘਰਸ਼ੇ ਦਾ ਹੱਲ ਹੈ ਤਾਂ ਉਹ ਇੰਨਾਕ ਤਿੱਖਾ ਤੇ ਇੰਨਾਕ ਸਿੱਧਤ ਹੋਵੇ ਕਿ ਸਰਕਾਰ ਨੂੰ ਘਬਰਾ ਕੇ ਇਹਦੇ ਵਿੱਚ ਰਿਫਾਰਮਸ ਜਾਂ ਇਹਨੂੰ ਚੇਂਜ ਕਰਨ ਲਈ ਉਹਨਾਂ ਨੂੰ ਜੈਨੂੰ ਵਾਪਸ ਲੈਣ ਲਈ ਮਜਬੂਰ ਹੋਣਾ ਪਵੇ ਉਹ ਜਾਂ ਇਹਨੂੰ ਬਿਲਕੁਲ ਬਦਲਣ ਜੀ ਉਹਦਾ ਤਰੀਕਾ ਇਹੀ ਹੋ ਸਕਦਾ ਹੈ ਕਿ ਜਿਹੜੇ ਜਿੰਨੇ ਵੀ ਜਿੰਨੀਆਂ ਚਲੋ ਕਿਸਾਨ ਯੂਨੀਅਨਾਂ ਬੜੀ ਖੁਸ਼ੀ ਦੀ ਗੱਲ ਹੈ ਕਿ 31 ਕਿਸਾਨ ਯੂਨੀਅਨਾਂ ਤੇ ਸਾਰੀਆਂ ਮਜ਼ਦੂਰ ਜਿਹੜੇ ਸੰਗਠਨ ਹੈ ਸਾਡੇ ਉਹ ਇਕੱਠੇ ਇੱਕ ਝੰਡੇ ਥੱਲੇ ਆ ਕੇ ਸਟਰਗਲ ਕਰ ਰਹੇ ਹੈ ਤਾਂ ਜਿਹੜੇ ਇਹ ਗਾਇਕ ਦੋਸਤ ਹੈ ਕੁਸ਼ਕ ਜਾਂ ਫਿਲਮ ਕਲਾਕਾਰ ਹੈ ਉਹਨਾਂ ਨੇ ਵੀ ਇਸ ਚ ਹਿੱਸਾ ਪਾਇਆ ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ ਉਦਾਂ ਤਾਂ ਕਿ ਉਹਨਾਂ ਦੀ ਭਾਵਨਾ ਦੇ ਤੌਰ ਤੇ ਅਸੀਂ ਮੈਂ ਸਵਾਗਤ ਕਰਦਾ ਮੈਂ ਇਹ ਵੀ ਨਹੀਂ ਕਹਿੰਦਾ ਕਿ ਉਹਨਾਂ ਦੀ ਭਾਵਨਾ ਮੰਦ ਭਾਵਨਾ ਸੀ ਕਿਸੇ ਜੀ ਮੈਨੂੰ ਚੰਗਾ ਲੱਗਿਆ ਕਿਉਂਕਿ ਉਹਨਾਂ ਦੇ ਮਗਰ ਸਾਡਾ ਜਿਹੜਾ ਯੂਥ ਆ ਬਹੁਤ ਜ਼ਿਆਦਾ ਲੱਗਿਆ ਹੋਇਆ ਹੁੰਦਾ ਤਾਂ ਵਧੀਆ ਤਾਂ ਇਹ ਹੁੰਦਾ ਕਿ ਯੂਥ ਸਾਡਾ ਇੰਨਾ ਕੁ ਸਮਝਦਾਰ ਹੁੰਦਾ ਕਿ ਉਹ ਸਾਰੇ ਪਹਿਲਾਂ ਕਾਨੂੰਨਾਂ ਨੂੰ ਸਮਝਦਾ ਤੇ ਉਹ ਇਹ ਸਮਝਣ ਤੋਂ ਬਾਅਦ ਕਿਸਾਨ ਯੂਨੀਅਨਾਂ ਨਾਲ ਮਿਲ ਕੇ ਸਟਰਗਲ ਦੇ ਵਿੱਚ ਸ਼ਾਮਲ ਹੁੰਦਾ ਚਲੋ ਕੋਈ ਨਹੀਂ ਇਹਨਾਂ ਜਿਹੜੇ ਸਾਡੇ ਗਾਇਕ ਦੋਸਤ ਨੇ ਜਾਂ ਸਾਡੇ ਫਿਲਮ ਕਲਾਕਾਰ ਨੇ ਉਹਨਾਂ ਦੇ ਨਾਲ ਮਗਰ ਵੀ ਗਏ ਤਾਂ ਵੀ ਕੋਈ ਬੁਰੀ ਗੱਲ ਨਹੀਂ ਪਰ ਚਾਹੀਦਾ ਹੈ ਕਿ ਇੱਕ ਸਾਂਝਾ ਕਲਚਰਲ ਫਰੰਟ ਤਿਆਰ ਹੋ ਜੇ ਕਿਉਂਕਿ ਇਹ ਸੰਘਰਸ਼ ਨੂੰ ਲੰਬਾ ਖਿੱਚਣ ਦੀ ਲੋੜ ਹੈ ਜਦੋਂ ਤੱਕ ਅਸੀਂ ਨੂੰ ਨਿਤ ਦਿਨ ਲੰਬਾ ਕ੍ਰੀਏਟਿਵ ਤੇ ਤਿੱਖਾ ਨਹੀਂ ਕਰਦੇ ਉਦੋਂ ਤੱਕ ਸਰਕਾਰ ਹਿੱਲਦੀ ਨਹੀਂ ਤਾਂ ਉਹ ਕਰਨ ਲਈ ਸਾਨੂੰ ਇਹ ਲੋੜ ਹੈ ਕਿ ਇੱਕ ਸਾਂਝਾ ਕਲਚਰਲ ਫਰੰਟ ਤਿਆਰ ਹੋ ਜੇ ਜਿਹਦੇ ਵਿੱਚ ਗਾਇਕ ਲੇਖਕ ਫਿਲਮ ਕਲਾਕਾਰ ਚਿੱਤਰਕਾਰ ਫੋਟੋਗ੍ਰਾਫਰ ਸਾਰੇ ਲੋਕ ਸ਼ਾਮਲ ਹੋ ਜਾਣ ਉਹਨਾਂ ਨੂੰ ਇੱਕ ਸਹੀ ਤਰੀਕੇ ਨਾਲ ਦਿਸ਼ਾ ਨਿਰਦੇਸ਼ ਤੈਅ ਕਰ ਦਿੱਤੇ ਜਾਣ ਕਿ ਤੁਸੀਂ ਇਸ ਸੰਘਰਸ਼ ਨੂੰ ਕਿਸ ਪਾਸੇ ਹੁਣ ਮੋੜਨਾ ਹੈ ਤੁਸੀਂ ਨੌਜਵਾਨ ਪੀੜ੍ਹੀ ਨੂੰ ਲਿਆਓ ਉਹਨਾਂ ਨੂੰ ਸਮਝਾਓ ਆਪਾਂ ਮਿਲ ਕੇ ਤੁਸੀਂ ਇਹ ਜਿਹੜੇ ਸਿੰਗਰ ਹੈ ਫਾਰ ਇਗਜ਼ਾਮਪਲ ਮੈਂ ਨਾਮ ਹੀ ਲੈਣਾ ਫਾਰ ਇਗਜ਼ਾਮਪਲ ਸਿੱਧੂ ਮੂਸੇਵਾਲਾ ਜੀ ਜਾਂ ਦੀਪ ਸਿੱਧੂ ਹੁਣੀ ਨੇ ਜੀ ਜਾਂ ਅਮਰਤਮਾਨ ਹੁਣੀ ਨੇ ਜੀ ਇਹਨਾਂ ਨੂੰ ਇਹ ਚਾਹੀਦਾ ਕਿ ਪਹਿਲਾਂ ਇਹ ਆਪ ਟੈਕਨੀਕਲੀ ਇਹਨਾਂ ਕਾਨੂੰਨਾਂ ਨੂੰ ਸਮਝਣ ਜੀ ਉਸ ਤੋਂ ਬਾਅਦ ਸਮਝਣ ਤੋਂ ਬਾਅਦ ਜੇ ਸਮਝੇ ਵੀ ਹੋਇਆ ਤਾਂ ਵੀ ਅੱਛੀ ਗੱਲ ਹੈ ਤਾਂ ਉਸ ਤੋਂ ਬਾਅਦ ਇਹ ਆਪਣੀ ਜਿਹੜੀ ਇਹਨਾਂ ਦੇ ਮਗਰ ਜਿਹਨੂੰ ਇਹ ਫੈਨ ਫਾਲੋਇੰਗ ਵੀ ਕਹਿੰਦੇ ਨੇ ਵੀ ਉਹਨਾਂ ਨੂੰ ਸਮਝਾਉਣ ਕੀ ਅਸਲ ਦੇ ਵਿੱਚ ਇਹ ਕਾਨੂੰਨ ਹੈ ਕਿ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਕਿ ਇਹ ਪਹਿਲੇ ਹੀ ਕਾਨੂੰਨ ਹੈ ਜਾਂ ਇਹ ਤੋਂ ਪਹਿਲਾਂ ਵੀ ਲਗਾਤਾਰਤਾ ਚ ਆ ਰਿਹਾ ਹੈ ਤੇ ਇਹ ਕਾਨੂੰਨ ਸਿਰਫ ਉਹਨਾਂ ਕਾਨੂੰਨਾਂ ਦਾ ਇੱਕ ਪਾਰਟ ਹੈ ਅਸਲ ਜਿਹੜੀ ਗੱਲ ਹੈ ਤੇ ਇਹ ਸਮਝਾਉਣ ਤੋਂ ਬਾਅਦ ਉਹਨਾਂ ਨੂੰ ਦੱਸਣ ਕਿ ਕਿਵੇਂ ਤੁਸੀਂ ਨੌਜਵਾਨਾਂ ਦੀ ਕਿਸਾਨ ਯੂਨੀਅਨਾਂ ਚੋਂ ਲੋੜ ਹੈ ਮਜ਼ਦੂਰ ਯੂਨੀਅਨਾਂ ਚ ਲੋੜ ਹੈ ਜਿਹੜੇ ਅਲੱਗ-ਵੱਖ-ਵੱਖ ਪਾਰਟੀਆਂ ਦੇ ਜਿਹੜੇ ਮੈਂ ਮੇਨਸਟ੍ਰੀਮ ਦੋ ਜਿਹੜੀਆਂ ਪਾਰਟੀਆਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੀਆਂ ਸਾਡੀਆਂ ਸੰਘਰਸ਼ੀਲ ਪਾਰਟੀਆਂ ਉਹਨਾਂ ਦੇ ਨੌਜਵਾਨ ਵਿੰਗਾਂ ਉਹਨਾਂ ਨੂੰ ਜੁਆਇਨ ਕਰੋ ਤੁਸੀਂ ਤੇ ਤੁਸੀਂ ਜਿਹੜੀ ਆ ਸਰਕਾਰ ਦੀਆਂ ਪੋਲੀਟੀਕਲ ਚੱਲ ਆ ਉਹਨਾਂ ਨੂੰ ਸਮਝਣਾ ਸ਼ੁਰੂ ਕਰੋ ਤੁਹਾਨੂੰ ਕਿਵੇਂ ਬੇਕੂਪ ਬਣਾ ਰਿਆ ਤੇ ਸੰਘਰਸ਼ ਚ ਜੁੜੋ ਉਹਨਾਂ ਨੂੰ ਸੰਘਰਸ਼ ਚ ਜੋੜਨ ਦੀ ਪ੍ਰੇਰਣਾ ਗੁਰਪ੍ਰੀਤ ਇੱਥੇ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਕਿਤੇ ਇਹ ਤਾਂ ਨਹੀਂ ਹੈਗਾ ਕਿ ਸਿਰਫ ਆ ਆਪਣੇ ਸਰ ਕਈ ਕਹੇਰੀ ਇਹਨਾਂ ਤੇ ਇੱਕ ਦਾਗ ਲੱਗਦਾ ਜਾਂ ਇਹਨਾਂ ਬਾਰੇ ਇੱਕ ਗੱਲ ਕਹੀ ਜਾਂਦੀ ਹੈ ਕਿ ਨੌਜਵਾਨੀ ਨੂੰ ਇਹਨਾਂ ਨੇ ਗਲਤ ਰਸਤੇ ਪਾ ਦਿੱਤਾ ਚਾਹੇ ਉਹ ਨਸ਼ਿਆਂ ਦੇ ਹੋਵੇ ਚਾਹੇ ਉਹ ਹਥਿਆਰਾਂ ਦੀ ਗੱਲ ਹੋਵੇ ਕਿਤੇ ਨਾ ਕਿਤੇ ਇਹਨਾਂ ਨੂੰ ਕਲਾਕਾਰਾਂ ਨੂੰ ਜਾਂ ਆ ਕਿਉਂਕਿ ਮੈਂ ਸਮਝਦਾ ਕਿ ਉਹ ਕਿਸਾਨ ਪਰਿਵਾਰਾਂ ਨਾਲ ਸੰਬੰਧਤ ਨਹੀਂ ਉਹਨਾਂ ਨੂੰ ਇਸ ਦਰਦ ਦੀ ਸਮਝ ਹੈ ਕਿਤੇ ਇਸ ਦਾਗ ਨੂੰ ਧੋਣ ਵਾਸਤੇ ਉਹ ਇਸ ਸਿਸਟਮ ਦਾ ਸਹਾਰਾ ਲੈ ਕੇ ਇੱਕ ਵਾਰ ਜਿਹੜਾ ਇਸ ਦੇ ਥਰੂ ਜਿਹੜਾ ਹੈਗਾ ਆਪਣੀ ਸ਼ੋਭੀ ਨੂੰ ਸੁਧਾਰਨ ਦੇ ਵਿੱਚ ਲੱਗੇ ਹੋਏ ਆ ਇਹ ਤਾਂ ਹੈ ਹੀ ਇਹ ਤਾਂ ਗੱਲ ਹੈ ਹੀ ਐ ਇਸ 'ਚ ਕੋਈ ਦੋ ਰਾਏ ਨਹੀਂ ਉਹ ਇਹ ਹੈ ਨਾ ਦੇਖੋ ਕਿ ਕਿਸੇ ਪਾਸੇ ਤਾਂ ਆਪਾਂ ਅੱਜ ਤੋਂ 4 ਮਹੀਨੇ ਪਹਿਲਾਂ ਤਾਂ ਇਹ ਗੀਤ ਗਾਰੇ ਹੋਈਏ ਵੀ ਸਾਡਾ ਤਾਂ ਅਸੀਂ ਤਾਂ ਰਾਜੇ ਆ ਹਮ ਇੱਕ 4 ਮਹੀਨੇ ਪਹਿਲਾਂ ਗੀਤ 'ਚ ਇਹ ਦੱਸਿਆ ਜਾ ਰਿਹਾ ਹੋਵੇ ਕਿ ਅਸੀਂ ਤਾਂ ਰਾਜਿਆਂ ਤੋਂ ਵੀ ਵੱਧ ਦਾ ਸਾਡੇ ਕੋਲੇ ਆ ਹਥਿਆਰ ਹੈ ਸਾਡੇ ਕੋਲੇ ਆ ਗੱਡੀਆਂ ਚੜਨ ਲਈ ਸਾਡੇ ਕੋਲੇ 20 ਕਿੱਲੇ ਵਾਲੇ ਜਿਹੜੇ 20 ਕਿੱਲੇ ਵਾਲੀ ਜ਼ਮੀਨ ਵਾਲੇ ਜੱਟ ਦੇ ਕੋਲੇ ਉਹਨਾਂ ਨੇ ਇੰਨੀਆਂ ਗੱਡੀਆਂ ਦਿਖਾਤੀਆਂ ਕਿ ਜਿਹੜੀਆਂ ਕਈ ਕਰੋੜ ਦੀਆਂ ਬਣਦੀਆਂ ਜੀ ਭਾਵੇਂ ਬੁਲਟ ਪਟਾਕੇ ਪਾਉਣ ਨੂੰ ਆ ਤੇ ਭਾਵੇਂ ਕਿਹੜਾ ਵਰਜੀ 6 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਤਾਂ ਅਸੀਂ ਇਹ ਗਾਰੇ ਹੋਈਏ ਫਿਰ ਆਪਦੇ ਮੂੰਹ ਨਾਲ ਅਸੀਂ ਇਹ ਦੱਸੀਏ ਕਿ ਨਹੀਂ ਜੀ ਸਾਡੀ ਤਾਂ ਹਾਲਤ ਹੈ ਕਿ ਸਾਨੂੰ ਤਾਂ ਖੁਦਕੁਸ਼ੀ ਕਰਨੀ ਪੈ ਰਹੀ ਹੈ ਉਹ ਫਿਰ ਆਪਾਂ ਵਿਰੋਧੀ ਗੱਲਾਂ ਹੋ ਜਾਂਦੀਆਂ ਨਾ ਉਹ ਇਹਨਾਂ ਨੂੰ ਇਹ ਲੱਗ ਹੀ ਲੱਗ ਇਹਨਾਂ ਨੂੰ ਪਤਾ ਤਾਂ ਪਹਿਲਾਂ ਵੀ ਹੈ ਪਰ ਕਿਉਂਕਿ ਇਹਨਾਂ ਨੂੰ ਇਹ ਵੀ ਪਤਾ ਕਿ ਨੌਜਵਾਨ ਖੂਨ ਜਿਹੜਾ ਉਹ ਗਰਮ ਹੁੰਦਾ ਉਬਾਲਾ ਮਾਰਦਾ ਉਹਨਾਂ ਨੂੰ ਅਸੀਂ ਉਹਨਾਂ ਦੀ એનર્ਜੀ ਨੂੰ ਯੂਜ਼ ਕਰਨਾ ਆਪਣੇ ਗੀਤਾਂ ਨੂੰ ਵੇਚਣ ਲਈ ਆਫਕੋਰਸ ਇਹ ਹੋਇਆ ਇਹ ਤਾਂ ਹੋਇਆ ਇਸ ਤੋਂ ਇਹ ਬਿਲਕੁਲ ਸੱਚ ਆ ਭਾਵੇਂ ਮੈਨੂੰ ਇਹਨਾਂ ਦੇ ਜਿਹੜੇ ਫੈਨ ਆ ਉਹ ਭਾਵੇਂ ਬੁਰਾ ਹੀ ਆਖਦੇ ਆ ਜਾਂ ਆਖੀ ਜਾਣ ਮੈਨੂੰ ਉਹਦੇ ਨਾਲ ਪਰਵਾਹ ਨਹੀਂ ਪਰ ਹੁਣ ਮੌਕਾ ਹੈ ਮੈਂ ਕਹਿੰਦਾ ਦਾਗ ਧੋਣਾ ਚਾਹੀਦਾ ਤੇ ਤੋਤਾ ਜਾਣਾ ਚਾਹੀਦਾ ਤੇ ਤੋਤਾ ਜਾ ਵੀ ਰਿਹਾ ਹੈ ਇਹ ਹੁਣ ਇਸੇ ਨਾਲ ਹੀ ਧੋ ਲੈਣ ਤਾਂ ਵੀ ਵਧੀਆ ਕਿ ਨਹੀਂ ਉਹ ਗੀਤ ਹੀ ਸੀਗੇ ਉਹਨਾਂ ਦਾ ਰਿਐਲਿਟੀ ਨਾਲ ਕੋਈ ਸਬੰਧ ਨਹੀਂ ਸੀ ਅਸਲੀਅਤ ਦੋਸਤੋ ਆ ਐ ਇਹ ਦੱਸਣ ਆਪਣੇ ਫੋਲੋਅਰਸ ਨੂੰ ਕਿ ਅਸਲੀਅਤ ਇਹ ਹਾਂ ਸਾਡਾ ਖੂਨ ਪੰਜਾਬੀਆਂ ਦਾ ਗਰਮ ਹੈ ਦੱਸਣ ਕੋਈ ਗੱਲ ਨਹੀਂ ਪਰ ਉਹ ਇਹ ਦੱਸਣ ਕਿ ਜਦੋਂ ਖੂਨ ਗਰਮ ਹੈ ਨਾ ਤਾਂ ਅਸੀਂ ਦੁੱਲਾ ਵੀ ਬਣ ਜਾਂਦੇ ਆ ਅਸੀਂ ਸਿੱਧਾ ਦੁੱਲਾ ਦੁੱਲਾ ਪੱਟੀ ਵੀ ਸਿੱਧਾ ਸੈਂਟਰ ਦੀ ਸਰਕਾਰ ਨਾਲ ਹੀ ਪੇਚਾ ਪਾਉਂਦਾ ਹਨ ਜੀ ਤਾਂ ਅਸੀਂ ਇਹ ਦੱਸੀਏ ਕਿ ਅਸੀਂ ਫਿਰ ਭਗਤ ਸਿੰਘ ਵੀ ਬਣ ਜਾਂਦੇ ਆ ਅਸੀਂ ਉਦਮ ਸਿੰਘ ਵੀ ਬਣ ਜਾਂਦੇ ਆ ਅਸੀਂ ਕਰਤਾਰ ਸਿੰਘ ਸਰਾਬੇ ਵੀ ਹੁੰਨੇ ਆ ਹਨਾ ਏ ਨਹੀਂ ਕਿ ਅਸੀਂ ਇਕੱਲੇ ਮੋਟਰਸਾਈਕਲਾਂ ਦੇ ਪਟਾਕੇ ਪਾਏ ਤਾਂ じゃ ਅਸੀਂ ਫੈਰ ਕੱਢੇ ਜੇ ਕਦੇ ਫੈਰ ਸਾਨੂੰ ਕੱਢਣਾ ਵੀ ਪਿਆ ਤਾਂ ਸਾਨੂੰ ਇਹ ਇਹ ਦੱਸ ਦੇਣ ਕਿ ਉਹਦੀ ਕਿਹੜੇ ਪਾਸੇ ਨਾਲੀ ਦਾ ਮੂੰਹ ਸੀ ਨਾਲੀ ਦਾ ਮੂੰਹ ਕਿਹੜੇ ਪਾਸੇ ਕਰਨਾ ਹੈ ਉਹ ਇੱਕ ਕਵਤਾ ਵੀ ਹੈ ਨਾ ਕਿ ਚੋਕੀ ਲਏ ਨੇ ਜੇ ਬੱਚਿਆਂ ਨੇ ਹਥਿਆਰ ਹੈ ਨਾ ਤਾਂ ਉਹਨਾਂ ਨੂੰ ਇਹ ਵੀ ਦੱਸ ਦਈਏ ਕਿ ਇਹਨਾਂ ਨੂੰ ਮੂੰਹ ਨਾਲੀ ਦਾ ਕਿਹੜੇ ਪਾਸੇ ਸਿੱਧਤ ਕਰਨਾ ਹੁਣ ਜੇ ਚਾਕੀ ਲਏ ਤਾਂ ਉਹਨਾਂ ਨੂੰ ਮੈਂ ਨਹੀਂ ਕਹਿੰਦਾ ਕਿ ਹਥਿਆਰ ਚਲਾਉਣ ਲੱਗ ਜਾਓ ਹਥਿਆਰ ਤੋਂ ਮੇਰਾ ਭਾਵ ਹੈ ਕਿ ਸੰਘਰਸ਼ ਜੇ ਉਹ ਸੜਕਾਂ ਤੇ ਆਉਣ ਜੇ ਉਹ ਬੱਕਰੇ ਬਲਾਉਣ ਤਾਂ ਉਹ ਕਿਸ ਤਰ੍ਹਾਂ ਬਲਾਉਣ ਹਨਾ ਇੱਕ ਰੂਪਰੇਖਾ ਸੰਘਰਸ਼ ਦੀ ਇੱਕ ਰੂਪਰੇਖਾ ਹੋਣੀ ਚਾਹੀਦੀ ਹੈ ਰੂਪਰੇਖਾ ਤੈਅ ਕੀਤੀ ਜਾਣੀ ਚਾਹੀਦੀ ਹੈ ਸਾਰੀ ਯੂਥ ਗਾਇਕ ਸਾਰੇ ਦਾ ਸਾਰੇ ਉਸ ਰੂਪਰੇਖਾ ਦੇ ਅੰਡਰ ਇੱਕ ਝੰਡੇ ਥੱਲੇ ਚੱਲਣ ਤਾਂ ਹੀ ਇਹ ਸੰਘਰਸ਼ ਬਚਾ ਰਹੂਗਾ ਜੇ ਇਹ ਚਾਰੇ ਪਾਸੇ ਨੂੰ ਚੱਲ ਪਿਆ ਫੇਰ ਖਿਲਣਾ ਆ ਸੁਦੀਪ ਜੀ ਤੁਹਾਡੇ ਕੋਲ ਦੁਬਾਰਾ ਫੇਰ ਆ ਰਹੇ ਆ ਕਿ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਸੈਂਟਰ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਧਾਰਾ 370 ਹਟਾਈ ਬਹੁਤ ਰੌਲਾ ਪਿਆ ਬਹੁਤ ਉਹਦੇ ਬਾਬਤ ਵਿਰੋਧ ਵੀ ਹੋਇਆ ਪੂਰੇ ਭਾਰਤ ਦੇ ਵਿੱਚ ਵਿਰੋਧ ਕੀਤਾ ਗਿਆ ਧਾਰਾ 370 ਦੇ ਪੱਖ ਦੇ ਵਿੱਚ ਵੀ ਉਹ ਨਹੀਂ ਹਟਾਈ ਜਾਣੀ ਚਾਹੀਦੀ ਉਸ ਤੋਂ ਬਾਅਦ ਸੀਏਏ ਨੂੰ ਲੈ ਕੇ ਆਏ ਤਾਂ ਕਿਤੇ ਨਾ ਕਿਤੇ ਇਹਦੇ ਤੋਂ ਇਹ ਵੀ ਕਾਸਾਈਆਂ ਲਗਾਈਆਂ ਜਾ ਰਹੀਆਂ ਕਿ ਹੁਣ ਜਿਹੜਾ ਕੇਂਦਰ ਦੀ ਸਰਕਾਰ ਵੱਲੋਂ ਜਿਹੜਾ ਪੰਜਾਬ ਦੇ ਵੱਲ ਆਪਣਾ ਰੁਖ ਕਰ ਲਿਆ ਗਿਆ ਤੇ ਇਹ ਜਿਹੜਾ ਆਰਡੀਨੈਂਸ ਹੈ ਖਾਸ ਕਰਕੇ ਜਿਹੜੇ ਖੇਤੀ ਪ੍ਰધાન ਸੂਬੇ ਆ ਪੰਜਾਬ ਹਰਿਆਣਾ ਇਹਨਾਂ ਦੇ ਖਾਤਰ ਇਹ ਬਣਾਇਆ ਗਿਆ ਇਹਨਾਂ ਨੂੰ ਵੱਡੇ ਵੱਡੇ ਜਿਹੜੇ ਦੇਸ਼ ਦੇ ਇੰਡਸਟਰੀਅਲਿਸਟਾਂ ਜਾਂ ਜਿਹੜੇ ਕਾਰੋਬਾਰੀ ਆ ਉਹਨਾਂ ਦੇ ਹੱਥਾਂ ਦੇ ਵਿੱਚ ਇਸ ਮੁਨਾਫੇ ਵਾਲੇ ਕੰਮ ਨੂੰ ਦੇ ਕੇ ਉਹਨਾਂ ਦੀ ਜਿਹੜੀ ਪੱਖ ਉਹਨਾਂ ਦਾ ਪੂਰਾ ਜਾ ਰਿਹਾ ਤੁਸੀਂ ਕੀ ਸਮਝਦੇ ਹੋ ਕਿ ਸਰਕਾਰ ਦੇ ਮੂੰਹ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਪਹਿਲਾਂ ਜਿਹੜੇ ਪਿਛਲੇ ਕਾਨੂੰਨਾਂ ਨੂੰ ਨਰਦਨ ਕਰਾਉਣ ਵਿੱਚ ਸੰਘਰਸ਼ ਹੋਇਆ ਲੜਾਈ ਲੜੀ ਗਈ ਪਰ ਕਿਤੇ ਨਾ ਕਿਤੇ ਸਰਕਾਰ ਦੀ ਜਿੱਤ ਹੋਈ ਹੈ ਉਹ ਆਪਣੀ ਗੱਲ ਦੇ ਉੱਪਰ ਸਥਾਪਿਤ ਰਹੀ ਹੈ ਇਸ ਮਾਮਲੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸੰਘਰਸ਼ ਆ ਜਿਹੜੇ ਇਸ ਕਾਨੂੰਨ ਨੂੰ ਜਿਹੜੇ ਕਿ ਆਰਡੀਨੈਂਸ ਤੋਂ ਹੁਣ ਕਾਨੂੰਨ ਬਣ ਚੁੱਕੇ ਆ ਉਹਨਾਂ ਨੂੰ ਹਟਾਉਣ ਦੇ ਵਿੱਚ ਕਿਤੇ ਕਾਮਯਾਬ ਹੋਣਗੇ ਸੰਘਰਸ਼ ਵਡਾ ਸਵਾਲ ਹੈ ਦੇਖੋ ਤੁਹਾਡੇ ਸਵਾਲ ਦੇ ਵਿੱਚ ਦੋ ਤਿੰਨ ਗੱਲਾਂ ਆ ਗਈਆਂ ਇੱਕ ਤਾਂ ਜਿਹੜਾ ਇਹ ਹਮਲਾ ਹੈ ਇਹ ਹਮਲਾ ਐ ਨਹੀਂ ਹੈ ਵੀ ਇਹ ਕੋਈ ਪੰਜਾਬ ਦੇ ਕਿਸਾਨਾਂ ਤੇ ਖਾਸ ਆ ਜਾਂ ਹਰਿਆਣੇ ਦੇ ਕਿਸਾਨਾਂ ਤੇ ਖਾਸ ਆ ਇਹ ਸਾਰੇ ਦੇਸ਼ ਦੇ ਲੋਕਾਂ ਦੇ ਉੱਤੇ ਹਮਲਾ ਹੈ ਜੀ ਉਹਦੇ ਪਿੱਛੇ ਬਹੁਤ ਬਰੀਫ ਦੇ ਵਿੱਚ ਮੈਂ ਤਿੰਨ ਕੌਨ ਕਾਨੂੰਨਾਂ ਦੀ ਡਿਟੇਲ ਚ ਨਹੀਂ ਜਾਂਦਾ ਟੈਕਨੀਕਲ ਐਕਚੁਅਲ ਚ ਕੀ ਹੈ ਵੀ ਜਦੋਂ ਸਾਡੇ ਦੇਸ਼ ਦੇ ਵਿੱਚ ਆਜ਼ਾਦੀ ਆਈ ਹੈ ਉਸ ਤੋਂ ਬਾਅਦ ਸਾਡੇ ਦੇਸ਼ ਦੇ ਕਿਸਾਨਾਂ ਦੀਆਂ ਛੋਟੀਆਂ ਜ਼ੋਤਾਂ ਨੇ ਤੇ ਭੁੱਖਮਰੀ ਦੀ ਵੱਡੀ ਸਮੱਸਿਆ ਸੀ ਜੀ ਇਸ ਨੂੰ ਬਚਾਉਣ ਵਾਸਤੇ ਸਰਕਾਰ ਕੋਲੇ ਇੱਕੋ ਇੱਕ ਤਰੀਕਾ ਹੋ ਸਕਦਾ ਉਹ ਜਰੀਆ ਹੁੰਦਾ ਹੈ ਵੀ ਤੁਸੀਂ ਕਿਸਾਨਾਂ ਨੂੰ ਮੰਡੀ ਕਰਨ ਦੀ ਸੁਰੱਖਿਆ ਦਿਓ ਜੀ ਫਿਰ ਤੁਸੀਂ ਸਰਕਾਰੀ ਖਰੀਦ ਕਰਕੇ ਜਿਹੜਾ ਬੁਨਿਆਦੀ ਅਨਾਜ ਹੈ ਜਿਹਦੇ ਬਣਾ ਸਰਦਾ ਨਹੀਂ ਉਹਦਾ ਭੰਡਾਰਨ ਸਰਕਾਰੀ ਉਸਟ ਕਰੋ ਫਿਰ ਤੁਸੀਂ ਉਹਨੂੰ ਜਨਤਕ ਵੈਂਡ ਪਰ ਨਾਲੀ ਨਾਲ ਬੰਡੋ ਤੇ ਜਦੋਂ ਕਿਤੇ ਯਾਨੀ ਕਿ ਰੇਟ ਡਾਊਨ ਹੁੰਦਾ ਹੈ ਉਦੋਂ ਸਰਕਾਰੀ ਖਰੀਦਕਾਰ ਰੇਟ ਨੂੰ ਤੁਸੀਂ ਬਚਾਓ ਕਿਸਾਨਾਂ ਨੂੰ ਛੋਟੀਆਂ ਜ਼ੋਤਾਂ ਵਾਲਿਆਂ ਨੂੰ ਬਚਾਉਣ ਵਾਸਤੇ ਔਰ ਜਦੋਂ ਕਿਤੇ ਕਾਲਾ ਬਾਜ਼ਾਰੀ ਕਰਕੇ ਭਾਅ ਚੜ੍ਹਦੇ ਨੇ ਤਾਂ ਜੇ ਤੁਹਾਡੇ ਕੋਲ ਭੰਡਾਰਨ ਕੀਤਾ ਪਿਆ ਹੈਗਾ ਅਨਾਜ ਤੇ ਸਬਜ਼ੀਆਂ ਵਗੈਰਾ ਪ੍ਰਬੰਧ ਹੈਗਾ ਤਾਂ ਤੁਸੀਂ ਉਹਨੂੰ ਮੰਡੀ 'ਚ ਰੀਲੀਜ਼ ਕਰਕੇ ਕੀਮਤਾਂ ਕੰਟਰੋਲ 'ਚ ਰੱਖੋ ਹੁਣ ਜਿਹੜੇ ਇਹ ਤਿੰਨੇ ਬਿਲ ਨੇ ਇਸ ਸਾਰੇ ਪ੍ਰਬੰਧ ਨੂੰ ਖਤਮ ਕਰਨ ਦਾ ਜ਼ਰੀਆ ਨੇ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਹੈ ਉਹਦੇ ਚ ਉਹਨਾਂ ਨੇ ਜਿਹੜੀਆਂ ਤੁਹਾਡੇ ਸਾਰੇ ਹਾ ਟਮਾਟਰ ਗੰਡੇ ਦਾਲਾਂ ਆਇਲ ਸੀਡ ਸਾਰਾ ਇਹ ਵਿੱਚੋਂ ਕੱਢਤਾ ਔਰ ਉਹਨਾਂ ਦਾ ਕਿਆਸ ਹੈ ਇਹ ਵੀ ਜੇ ਪਿਛਲੇ 12 ਮਹੀਨੇ ਦੇ ਅਸੀਂ ਕੀਮਤਾਂ ਗਿਣਾਂਗੇ ਉਹਦੇ ਚ ਜਿਹੜੀ ਵੀ ਕੀਮਤ ਮੈਕਸਿਮਮ ਹੈਗੀ ਹੈ ਉਹ ਤੋਂ ਦੁੱਗਣੇ ਤੱਕ ਰੇਟ ਚੱਲਿਆ ਜਾਂਦਾ ਜਿਵੇਂ ਹੁਣ ਗੰਢੇ ਦਸੰਬਰ 19 ਦੇ ਵਿੱਚ 200 ਰੁਪਏ ਕਿਲੋ ਸੀ ਜੀ ਤਾਂ ਜੇ ਇਸ ਕਾਨੂੰਨ ਦਾ ਫਾਰਮੂਲਾ ਲਾਈਏ ਤਾਂ ਜੇ ਹੁਣ ਉਹ 400 ਰੁਪਏ ਕਿਲੋ ਵੀ ਹੋ ਜਾਂਦੇ ਨੇ ਤਾਂ ਉਦੋਂ ਤੱਕ ਸਰਕਾਰ ਨੇ ਦਖਲ ਨਹੀਂ ਦੇਣਾ ਜੇ ਦਖਲ ਦੇਊਗੀ ਤਾਂ ਜਿਹੜੀ ਕੰਪਨੀਆਂ ਨੇ ਜਾਂ ਕੋਈ ਹੋਰ ਨੇ ਉਹ ਕੋਰਟ 'ਚ ਜਾ ਸਕਦੀਆਂ ਨੇ ਉਲਟਾ ਤਾਂ ਯਾਨੀ ਕਿ ਇਸ ਹਿਸਾਬ ਨਾਲ ਉਹਨਾਂ ਨੇ ਭੋਜਨ ਸੁਰੱਖਿਆ ਖਤਮ ਕੀਤੀ ਹੈ ਤਾਂ ਉਹਨਾਂ ਨੇ ਜਿਹੜੀਆਂ ਇਹ ਤਾਜ਼ਾ ਐਕਟ ਬਣੇ ਨੇ ਉਹਦੇ ਵਿੱਚ ਉਹਨਾਂ ਨੇ ਜਿਹੜੇ ਵੱਡੇ ਖੇਤੀ ਵਪਾਰ ਕੰਪਨੀਆਂ ਸੀ ਹੁਣ ਤੱਕ ਤਾਂ ਵਪਾਰੀਆਂ ਦੇ 카ਰਟਲ ਬਣਦੇ ਸੀ ਇਹ ਤਾਂ ਉਹਨਾਂ ਸਾਹਮਣੇ ਬਹੁਤ ਛੋਟੇ تھے ਹੁਣ ਤਾਂ ਬਹੁਤ ਤੜਵੈਲ ਖੇਤੀ ਵਪਾਰ ਕੰਪਨੀ ਆ ਕੇ ਉਹਨਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਅਸੀਮਤ ਜਮ੍ਹਾਂ ਫੋਰੀ ਦੇ ਅਧਿਕਾਰਤ ਦੇਤੇ ਜਿਹਦੇ ਕਰਕੇ ਇਹ ਹੈ ਅਸੀਮਤ ਉਹ ਅਧਿਕਾਰ ਕਿਉਂ ਦਿੱਤੇ ਨੇ ਇਹਦਾ ਤੱਤ ਮਤਲਬ ਇਹ ਹੈ ਵੀ ਜਿਹੜੇ ਸਾਡੇ ਭੋਜਨ ਸੁਰੱਖਿਆ ਸੀ ਸਾਡੇ ਅਨਾਜ ਨੇ ਉਹ ਸਾਨੂੰ ਅਸਲ ਦੇ ਵਿੱਚ ਉਹ ਜਿਹੜੇ ਨਰਿਆਤ ਮੁੱਲ ਨੇ ਉਹਦੇ ਬਰਾਬਰ ਪੈਣੇ ਨੇ ਤਤ ਚ ਇਹਦੀ ਗੱਲ ਬਾਕੀ ਸਾਰੀਆਂ ਟੈਕਨੀਕਲਟੀਜ਼ ਕੱਢ ਦਿਓ ਕਿਉਂਕਿ ਉਹਨਾਂ ਨੂੰ ਇਹ ਬਣ ਗਿਆ ਵੀ ਔਰ ਜੇ ਤੁਸੀਂ ਉਸ ਮੁੱਲ ਤੇ ਵੇਚਣਗੇ ਉਦੋਂ ਕਾਹ ਉਹ ਐਕਸਪੋਰਟ ਕਰਦਿਆ ਕਰਨਗੇ ਤਾਂ ਇਸ ਕਰਕੇ ਕਿ ਅਸੀਂ ਸਾਡਾ ਡੋਮੈਸਟਿਕ ਜੋ ਪ੍ਰੋਡਕਸ਼ਨ ਹੋ ਰਹੀ ਹੈ ਸਾਡੇ ਭੁਖ ਮਰੀ ਦੀਆਂ ਹਾਲਤਾਂ ਨੇ ਸਾਨੂੰ ਉਸ ਪ੍ਰੋਡਕਸ਼ਨ ਦਾ ਜਿਹੜਾ ਲਾਹਾ ਮਿਲਣਾ ਉਹ ਨਹੀਂ ਮਿਲਣਾ ਤਾਂ ਦੂਜੇ ਪਾਸੇ ਉਹਨਾਂ ਨੇ ਜਿਹੜਾ ਅਟੈਕ ਬਿੱਲ ਰਾਹੀਂ ਲੈ ਕੇ ਆਂਦਾ ਉਹ ਉਹਨਾਂ ਨੇ ਲੈ ਕੇ ਆਂਦਾ ਜਿਹੜਾ ਉਹਨਾਂ ਨੇ ਮੰਡੀ ਕਰਨਾ ਹੈ ਮੰਡੀ ਕਰਨ ਦੇ ਵਿੱਚ ਉਹਨਾਂ ਨੂੰ ਜਿਹੜੇ ਸੀਗਾ ਉਹਨਾਂ ਨੇ ਬਾਈਪਾਸ ਕਰਕੇ ਖੇਤੀ ਵਪਾਰ ਉਹ 카rtel ਬਣਾ ਕੇ 카rtel ਬਣਾਉਂਦੀ ਵੀ ਲੋੜ ਨਹੀਂ ਉਹਨਾਂ ਨੂੰ ਉਹ ਜਦੋਂ ਆਹ ਜਿਹੜਾ ਉਹਨਾਂ ਦਾ ਪ੍ਰੈਜ਼ੈਂਟ ਸਿਸਟਮ ਹੈ ਗਵਰਨਮੈਂਟ ਨੇ ਹਮੇਸ਼ਾ ਨਿਜੀਕਰਨ ਚੱਕੀ ਕੀਤਾ ਹੈ ਵੀ ਜਿਹੜਾ ਚੱਲ ਰਿਹਾ ਸਿਸਟਮ ਇਹਨੂੰ ਸੈਪੋਤਾਜ ਕੀਤਾ ਇਹਨੂੰ ਫੇਲ ਕੀਤਾ ਬਦਨਾਮ ਕੀਤਾ ਲੋਕਾਂ 'ਚ ਇਹ ਮੰਗ ਭਾਰੀ ਆ ਵੀ ਸਰਕਾਰੀ ਸਿਸਟਮ ਦਾ ਬੰਦ ਕਰ ਦਿਓ ਜੀ ਜਿਹੜਾ ਸਰਕਾਰੀ ਮੰਡੀ ਕਰਨ ਨੂੰ ਸੁਧਾਰਨ ਦੀ ਬਜਾਏ ਇਹਨੂੰ ਬਾਈਪਾਸ ਕਰਕੇ ਉਹ ਯਾਨਕਿ ਪ੍ਰਾਈਵੇਟਾਈਜ਼ੇਸ਼ਨ ਦਾ ਉਹਨਾਂ ਨੇ ਰਸਤਾ ਕੱਢ ਲਿਆ ਜਦੋਂ ਇਹ ਖੇਤੀਬਾੜੀ ਕੰਪਨੀਆਂ ਆ ਗਈਆਂ ਤੇ ਸ਼ੁਰੂਆਤੀ ਸਮੇਂ ਦੇ ਵਿੱਚ ਜਿਵੇਂ ਸ਼ੁਰੂ ਵਿੱਚ ਇਹ ਥੋੜਾ ਜਿਹਾ ਹਰਿਆਵਲ ਦਿਖਾਉਣਗੇ ਪਰ ਜਦੋਂ ਇੱਕ ਵਾਰ ਇਹਨਾਂ ਨੇ ਉਹ ਔਰ ਜਿਹੜਾ ਸਾਡਾ ਸਾਰੀ ਉਹ 체ਨ ਹੈ ਉਹ ਸਾਰੀ ਤੋੜਤੀ ਤੇ ਕੱਲੀਆਂ ਕੰਪਨੀਆਂ ਰਹਿ ਗਈਆਂ ਫਿੱਦਨ ਵਾਸਤੇ ਤਾਂ ਉਦੋਂ ਜਿਹੜਾ ਇਹ ਰੇਟ ਹੈ ਸਾਰੇ ਕਿਤੇ ਇਹ ਐਮਐਸ ਐਮਐਸਪੀ ਵਗੈਰਾ ਤਾਂ ਭੁੱਲ ਜੋ ਇਹ ਬਹੁਤ ਜਨ ਕੇ ਨੋਮੀਨਲ ਪ੍ਰਾਈਸਸ ਦੇ ਉੱਤੇ ਕਿਸਾਨਾਂ ਦੀ ਜਿਹੜੀ ਫਸਲ ਹੈ ਲੁੱਟੀ ਜਾਊਗੀ ਜਿਹੜਾ ਤੀਜਾ ਕੰਟਰੈਕਟ ਫਾਰਮਿੰਗ ਹੈ ਕੰਟਰੈਕਟ ਫਾਰਮਿੰਗ ਦਾ ਕੀ ਮਕਸਦ ਹੈ ਉਹਦਾ ਮਕਸਦ ਸਾਡੀ ਖੇਤੀ ਦੀ ਪੁਨਰਟਲਾਈ ਹੈ ਬਸਤੀਵਾਦੀ ਦੌਰ ਨੂੰ ਯਾਦ ਕਰੋ ਉਹਨਾਂ ਦਾ ਕਹਿਣਾ ਇਹ ਹੀ ਹੈ ਇਹਦਾ ਪਿੱਛੇ ਫੰਡਾ ਇਹ ਹੈ ਵੀ ਜਿਹੜਾ ਭੋਜਨ ਅਨਾਜ ਤੇ ਸਾਰਾ ਕੁਝ ਹੈਗਾ ਇਹ ਤਾਂ ਅਸੀਂ ਯੂਰਪ ਆਸਟ੍ਰੇਲੀਆ ਅਮਰੀਕਾ ਚ ਬਹੁਤ ਘੌਣੇ ਆ ਇਹ ਤੁਸੀਂ ਸਾਡੇ ਤੋਂ ਖਰੀਦੋ ਇੱਥੇ ਤੁਸੀਂ ਜਿਹੜੇ ਵੱਡੇ ਫਾਰਮ ਬਣਾ ਕੇ ਫਲਾਵਰਸ ਨੇ ਖਾਸ ਕਿਸਮ ਦੇ ਫਲ ਨੇ ਹੋਰ ਨੇ ਜਿਹੜੇ ਟ੍ਰੋਪੀਕਲ ਏਸ ਏਰੀਆ ਚ ਹੁੰਦੇ ਨੇ ਚਾਹੀਦੇ ਉਹਨਾਂ ਨੂੰ ਉਧਰ ਨਹੀਂ ਅਸੀਂ ਨਿਖਤ ਕਰਦੇ ਜੀ ਉਹ ਤੁਸੀਂ ਇੱਥੇ ਪੈਦਾ ਕਰੋ ਉਹ ਤੁਸੀਂ ਸਾਨੂੰ ਵੇਚੋ ਇਹ ਤੁਸੀਂ ਸਾਡੇ ਤੋਂ ਲਓ ਪਰ ਇਹਦੇ ਚ ਬਹੁਤ ਵੱਡੇ ਖਤਰੇ ਨੇ ਜੇ ਸਾਡੇ ਕੋਲੇ ਕਣਕ ਹੈ ਨਹੀਂ ਬੇਸਿਕ ਅਨਾਜ ਹੈ ਨਹੀਂ ਅਸੀਂ ਭੁੱਖਮਰੀ ਵਾਲੇ ਮੁਲਕਾਂ ਬਿਲਕੁਲ ਤਾਂ ਇਹ ਬਹੁਤ ਵੱਡਾ ਸੰਕਟਾਂ ਦੀ ਹਾਲਤ 'ਚ ਸਾਮਰਾਜੀ ਮੁਲਕਾਂ ਕੋਲੇ ਸਾਡੇ ਮੁਲਕ ਦੀ ਬਾਹਮ ਰੋੜਨ ਨੂੰ ਬਹੁਤ ਵੱਡਾ ਪੁਆਇੰਟ ਆ ਜਾਂਦਾ ਹੈ ਕਿ ਉਹ ਸਾਨੂੰ ਭੁੱਖੇ ਮਾਰ ਸਕਦੇ ਨੇ ਜੇ ਕਿਸੇ ਸਮੇਂ ਸਾਡੇ ਤੇ ਐਕਸਪੋਰਟ ਤੇ ਪਾਬੰਦੀ ਲਾ ਦੇਣ ਜਿਵੇਂ ਹੁਣ ਚਾਈਨਾ ਤੇ ਅਮਰੀਕਾ ਦੇ ਵਿੱਚ ਵਾਰ ਚੱਲ ਰਹੀ ਹੈ ਤਾਂ ਇਹ ਜਿਹੜੇ ਹਮਲੇ ਰਾਹੀਂ ਅਸੀਂ ਮੁੜ ਬਸਤੀ ਕਰਨ ਦੀ ਹਾਲਤ 'ਚ ਆ ਸਾਡੀ ਖੇਤੀ ਹੈ ਜਿਹੜੀ ਸਵੈ ਨਿਰਭਰਤਾ ਜਿਹੜੀ ਭੋਜਨ ਸੁਰੱਖਿਆ ਵਗੈਰਾ ਸੀ ਉਹਨੂੰ ਖਾਤੇ ਟੰਗਤਾ ਸਾਡੀ ਜਿਹੜੀ ਖੇਤੀ ਹੈ ਉਹ ਉਹਨਾਂ ਦੀ ਸਾਮਰਾਜੀ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੀ ਮੰਡੀ ਬਣੂਗੀ ਅਸੀਂ ਉਹਨਾਂ ਦੀ ਖਪਤ ਕਰਨੀ ਆ ਮਾਲ ਦੀ ਜਿਹੜਾ ਅਸੀਂ ਹੁਣ ਇੱਥੇ ਪੈਦਾ ਕਰ ਰਹੇ ਹਾਂ ਦੂਜਾ ਜਿਹੜਾ ਅਸੀਂ ਪੈਦਾ ਕਰਨਾ ਉਹਨੂੰ ਅਸੀਂ ਉਹਨਾਂ ਨੂੰ ਵੇਚਣ ਵਾਸਤੇ ਯਾਨਕਿ ਸਾਡੀ ਖੇਤੀ ਦੀ ਢਲਾਈ ਜਿਹੜੇ ਵਿਕਸਤ ਮੁਲਕ ਨੇ ਉਹਨਾਂ ਦੀਆਂ ਜ਼ਰੂਰਤਾਂ ਮੁਤਾਬਕ ਹੋਣੀ ਹੈ ਇਹ ਮਾਡਲ ਲੈ ਕੇ ਆ ਰਹੇ ਨੇ ਇਹ ਇਹ ਰੈਸਿਪੀ ਟੂ ਡਿਜ਼ਾਸਟਰ ਹੈ ਬਹੁਤ ਵੱਡੇ ਮਨੁੱਖ ਨਰਮਤ ਸੰਕਟ ਇਸ ਗੱਲ ਨੇ ਖੜੇ ਕਰਨੇ ਨੇ ਇਹ ਅਟੈਕ ਜਿੱਥੋਂ ਆਪਣਾ ਸਵਾਲ ਸ਼ੁਰੂ ਹੋਇਆ ਸੀ ਜੀ ਪੰਜਾਬ ਜਾਂ ਹਰਿਆਣੇ ਦੇ ਕਿਸਾਨਾਂ ਨਹੀਂ ਤੱਕ ਸੀਮਤ ਨਹੀਂ ਹੈ ਇਹ ਇੱਥੇ ਤਾਂ ਜਥੇਬੰਦਕ ਹਾਲਤ ਕਿਸਾਨਾਂ ਦੀ ਬੈਟਰ ਹੋ ਸਕਦੀ ਹੈ ਇਹ ਸਾਰੇ ਮੁਲਕ ਦੇ ਲੋਕਾਂ ਦੇ ਉੱਤੇ ਕਿਰਤੀ ਗਰੀਬ ਮ ਟ੍ਰੇਡਰਸ ਸਭ ਦੇ ਉੱਤੇ ਬਹੁਤ ਵੱਡਾ ਹਮਲਾ ਹੈ ਤਾਂ ਇਸ ਕਰਕੇ ਇੱਕ ਤਾਂ ਇਹ ਹਮਲਾ ਬਹੁਤ ਵੱਡਾ ਹੈ ਦੂਸਰਾ ਜਿਹੜਾ ਪੈਨੂ ਇਹ ਸਮਝਦੇ ਆਂ ਵੀ ਇਹ ਐਜੀਟੇਸ਼ਨ ਪ੍ਰਾਪਤੀ ਕੀ ਕਰ ਸਕੂ ਤੁਸੀਂ ਸਵਾਲੇ ਪੁੱਛਿਆ ਸੀ ਤਾਂ ਮੈਂ ਸਮਝਦਾ ਮੈਂ ਅਸਲ ਵਿੱਚ ਕੇਂਦਰ ਦੀ ਗੱਲ ਕਰਾਂ ਕਿ ਕੇਂਦਰ ਦੇ ਮਨਸੂਬੇ ਆ ਜਿਹੜੇ ਉਹ ਬਹੁਤ ਹਿੰਮਤ ਵਾਲੇ ਆ ਇਸ ਸਮੇਂ 370 ਕਰਕੇ ਸੀਏ ਕਰਕੇ ਉਹ ਇਸ ਸਮੇਂ ਇਹ ਸਮਝ ਰਿਹਾ ਕਿ ਸਾਡੇ ਜੋ ਫੈਸਲਾ ਸਾਡੇ ਵੱਲੋਂ ਲੈ ਲੈ ਗਿਆ ਇਸ ਫੈਸਲੇ ਤੇ ਜਿਹੜਾ ਪਛਾਹ ਮੁਰਨਾ ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਕੋਈ ਰੋਕ ਨਹੀਂ ਸਕਦਾ ਮੈਂ ਇਸੇ ਸਵਾਲ ਦੇ ਜਵਾਬ ਦੇ ਵਿੱਚ ਹੀ ਗੱਲ ਕਰ ਰਿਹਾ ਸੀ ਵੀ ਜਿੱਥੋਂ ਤੱਕ ਤਾਂ ਹੈਗਾ ਸਰਕਾਰ ਨੂੰ ਉਹ ਉਹਨਾਂ ਨੂੰ ਹੈਗਾ ਸਵੈਪ ਲੇਖੇ ਦੇ ਸ਼ਿਕਾਰ ਇਹ ਸਵੈਪ ਲੇਖਾ ਹੁੰਦਾ ਹੈ ਵੀ ਲੋਕ ਨਹੀਂ ਮੋੜ ਸਕਦੇ ਲੋਕ ਮੋੜ ਦਿੰਦੇ ਹੁੰਦੇ ਨੇ ਲੋਕਾਂ ਨੇ ਪਹਿਲਾਂ ਇਹ ਜਿਹੜਾ ਸਰਕਾਰੀ ਖਰੀਦ ਬੰਦ ਕਰਨ ਦਾ ਫੈਸਲਾ ਹੈ ਇਹ ਪੰਜਾਬ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਉਹ ਇਸ ਗੱਲ ਦੇ ਉੱਤੇ ਚਾਰਾ ਜੋਈ ਕਰ ਰਹੇ ਨੇ ਜਿੱਥੇ ਕਿਸਾਨੀ ਜਥੇਬੰਦ ਹੈ ਨਹੀਂ ਉੱਥੋਂ ਉਹਨਾਂ ਨੇ ਐਮਐਸਪੀ ਤੇ ਇੱਕ ਸਰਕਾਰੀ ਖਰੀਦ ਦੀ ਲਪੇਟ ਦੀ ਸਫਲ ਲਪੇਟ ਦੀ ਪੰਜਾਬ ਵਿੱਚ ਜਾਂ ਕਿਤੇ ਜਿੱਥੇ ਕਿਤੇ ਬਚੀਆਂ ਨੇ ਇਹ ਗੱਲਾਂ ਉਹ ਤਾਂ ਕਿਸਾਨਾਂ ਦੇ ਸੰਘਰਸ਼ ਕਰਕੇ ਨੇ ਇਹ ਕਹਿਣਾ ਵੀ ਉਹ ਮਤਲਬ ਇਹ ਮਤਲਬ ਸਰਕਾਰ ਉਹ ਠੀਕਾ ਉਹ ਉਹਨਾਂ ਦਾ ਹਮਲਾ ਵੱਡਾ ਹੈਗਾ ਪਰ ਜਿਹੜਾ ਇਸ ਗੱਲ ਦੀਆਂ ਪ੍ਰਾਪਤੀਆਂ ਨੂੰ ਜੇ ਆਪਾਂ ਦੇਖੀਏ ਤਾਂ ਇਹ ਬਹੁਤ ਲੰਬੀ ਐਜੀਟੇਸ਼ਨ ਹੈ ਜਿਹੜੀਆਂ ਖੇਤੀ ਵਪਾਰ ਕੰਪਨੀਆਂ ਨੇ ਜਿਹੜੀਆਂ ਆ ਰਹੀਆਂ ਨੇ ਉਹ ਪੰਜਾਬ ਹਰਿਆਣਾ ਵਰਗੀਆਂ ਜ਼ਮੀਨਾਂ ਨੂੰ ਇੱਕ ਕੱਟੇ ਹੋਏ ਕੇਕ ਵਾਂਗੂ ਦੇਖ ਰਹੀਆਂ ਨੇ ਬਹੁਤ ਵੱਡੀਆਂ ਕੰਪਨੀਆਂ ਨੇ ਇਹ ਉਹ ਕੰਪਨੀਆਂ ਨੇ ਜਿਹੜੀਆਂ ਥੱਲੇ ਮੱਧ ਮੱਧ ਭਾਰਤ ਦੇ ਵਿੱਚ ਉਥੋਂ ਦੇ ਜ਼ਮੀਨਾਂ ਹਟਾਉਣ ਵਾਸਤੇ ਜਿੰਨਾਂ ਉਥੇ ਮਤਲਬ ਵੱਡੀ ਉਹ ਕਤਲੇਆਮ ਤੱਕ ਤੇ ਹੋਰ ਗੱਲਾਂ ਗਈਆਂ ਨੇ ਉਹ ਯਾਨੀ ਕਿ ਮੁਨਾਫੇਦਿਆਂ ਹਿਰਸਾਂ ਨੇ ਜਿਹੜੀਆਂ ਇੱਥੇ ਆਕੀਆਂ ਇਹ ਲੜਾਈ ਐਡੀ ਲੰਬੀ ਤੇ ਵੱਡੀ ਆ ਲੜਾਈ ਕੀ ਸਾਡੇ ਲੋਕਾਂ ਨੇ ਇਸ ਦੀ ਗੰਭੀਰਤਾ ਨੂੰ ਇਸ ਤੇ ਪਸਾਰ ਨੂੰ ਸਮਝ ਲਿਆ ਉਹਨਾਂ ਨੂੰ ਇਹ ਚੇਤਨਾ ਬਣ ਗਈ ਵੀ ਇਹ ਕੌਮੀ ਲੜਾਈ ਹੈ ਇਹ ਕਿਸਾਨਾਂ ਮਜ਼ਦੂਰਾਂ ਸਾਰੇ ਵਰਗਾਂ ਦੀ ਬਹੁਤ ਵੱਡੀ ਲੜਾਈ ਹੈ ਇਨੂੰ ਕਿਸੇ ਥੋੜੇ-ਮੋٹے ਛੋਟੇ-ਮੋਟੇ ਪੜਾ ਰਹੀ ਹੱਲ ਨਹੀਂ ਕੀਤਾ ਜਾ ਸਕਦਾ ਇਹ ਲਗਭਗ ਆਜ਼ਾਦੀ ਦੀ ਜਦੋਜਹਦ ਵਰਗੇ ਪਸਾਰਤੀ ਲੜਾਈ ਹੈ ਜੇ ਲੋਕਾਂ ਨੇ ਇਸ ਲੜਾਈ ਨੂੰ ਇਸ ਰੂਪ ਚ ਸਮਝ ਲਿਆ ਇਸ ਦੀ ਇਸ ਰੂਪ ਚ ਮਾਨਸਿਕ ਰੂਪ ਚ ਤਿਆਰੀ ਕਰ ਲਈ ਤੇ ਦੂਜੀ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਹੈ ਜਿਹੜਾ ਹੁਣ ਤਾਂ ਬੰਦ ਹੋਇਆ ਹੈ ਇਸ ਬੰਦ ਦੇ ਵਿੱਚ ਦੋ ਗੱਲਾਂ ਝਲਕੀਆਂ ਨੇ ਬਹੁਤ ਇੰਪੋਰਟੈਂਟ ਮਹੱਤਵਪੂਰਨ ਜਿਹੜੀਆਂ ਸ਼ਰਚਰਚ ਚਚ ਘਟ ਆ ਰਹੀਆਂ ਨੇ ਇੱਕ ਪਾਸੇ ਸਾਰੇ ਪੰਜਾਬੀਆਂ ਨੇ ਰਿਸਪੌਂਸ ਕੀਤਾ ਹੈ ਹਿੰਦੂ ਸ ਕੱਲ੍ਹ ਇਹ ਹੈ ਐ ਐ ਨਹੀਂ ਵੀ ਟਰੇਡਰਜ਼ ਕਿਸਾਨ ਤੇ ਮਜ਼ਦੂਰ ਇਕੱਠੇ ਹੋ ਕੇ ਆਏ ਨੇ ਪੰਜਾਬ ਦਾ ਜਣ ਕਿ ਜਿਹੜਾ ਸਾਰਾ ਵਪਾਰੀ ਵਰਗ ਮੁੱਖ ਤੌਰ ਤੇ ਜਿਹੜਾ ਹਿੰਦੂਧਰਮ ਨਾਲ ਸੰਬੰਧਿਤ ਹੈ ਮਲੇਰਕੋਟਲੇ ਦੇ ਮੁਸਲਮਾਨ ਭਾਈਚਾਰਾ ਤੇ ਜਿਹੜੇ ਸਾਰੀ ਕਿਸਾਨੀ ਹੈ ਇਹ ਸਾਰੇ ਇਕੱਠੇ ਹੋ ਕੇ ਇਸ ਨੀਤੀਆਂ ਦੇ ਖਿਲਾਫ ਆਏ ਨੇ ਇਹ ਭਾਈਚਾਰਕ ਇਕਤਾ ਦਾ ਬਹੁਤ ਵੱਡਾ ਮਜ਼ਾਰਾ ਸੀ ਜੀ ਇਹ ਸਮਾਜਿਕ ਇਕਤਾ ਦਾ ਮਜ਼ਾਰਾ ਕੁਝ ਸਰ ਸਿਰ ਪਹਿਲਾਂ ਹੀ ਪਿੰਡਾਂ 'ਚ ਬਾਈਕਾਟ ਹੁੰਦੇ ਸੀ ਦਲਤਾਂ ਦੇ ਹੋ ਰਹੇ ਸੀਗੇ ਹੁਣ ਵੀ ਸੰਗਰੂਰ ਦੇ ਵਿੱਚ ਘੋਲ ਚੱਲਦਾ ਜ਼ਮੀਨ ਪ੍ਰਾਪਤੀ ਕੋਲ ਉੱਥੇ ਵੀ ਹੁੰਦਾ ਪਰ ਇਹਦੇ ਬਾਵਜੂਦ ਉਹ ਜਿਹੜੀ ਜਿਹੜੇ ਦਲਤ ਤੇ ਜਿਹੜੇ ਉੱਪਰ ਕਿਸਾਨ ਨੇ ਉਹ ਇਕੱਠੇ ਹੋ ਕੇ ਆਏ ਨੇ ਤਾਂ ਇਹ ਜਿਹੜੀ ਐਜੀਟੇਸ਼ਨ ਦਾ ਜਿਹੜਾ ਬੰਦ ਦਾ ਰਿਸਪਾਂਸ ਸੀ ਇਹ ਸਾਰੇ ਪੰਜਾਬੀ ਆਏ ਨੇ ਇਕੱਠੇ ਹੋ ਕੇ ਜਿਹਦੇ 'ਚ ਸਮਾਜਿਕ ਇਕਤਾ ਝਲਕੀ ਹੈ ਜਿਹਦੇ 'ਚ ਭਾਈਚਾਰਕ ਇਕਤਾ ਇਹ ਸੰਘਰਸ਼ ਦੀ ਤਾਕਤ ਇਸ ਗੱਲ ਤੇ ਨਿਰਭਰ ਕਰੂਗੀ ਵੀ ਜਿਹੜੇ ਇਸ ਭਾਈਚਾਰਕ ਤੇ ਸਮਾਜਿਕ ਇਕਤਾ ਦੇ ਚੋਰ ਨੇ ਜਿਹੜੇ ਵਾਰ-ਵਾਰ ਸਾਡੇ ਅਮਨੋਚਾਨ ਨੂੰ ਖਰਾਬ ਕਰਨ ਵਾਲੀਆਂ ਬਹੁਤ ਤਰ੍ਹਾਂ ਦੀਆਂ ਤਾਕਤਾਂ ਨੇ ਲੋਕ ਉਹਨ ਜੀ ਉਹ ਲੋਕ ਉਹਨਾਂ ਤਾਕਤਾਂ ਵਿੱਚ ਨਹੀਂ ਬੜਨ ਦੇਣਗੇ ਆਪ ਦੀ ਇਕਤਾ ਦੀ ਰਾਖੀ ਕਰਨਗੇ ਇਸ ਪਸਾਰ ਦੇ ਹਿਸਾਬ ਨਾਲ ਹਰਿਆਣੇ ਦੇ ਕਿਸਾਨ ਲੜਦੇ ਨੇ ਪੰਜਾਬ ਦੇ ਕਿਸਾਨ ਲੜਦੇ ਵੱਡੀ ਇਕਤਾ ਕਰਨਗੇ ਤੇ ਲੰਬੀ ਲੜਾਈ ਵਾਸਤੇ ਤਿਆਰ ਹੋਣਗੇ ਤਾਂ ਸਰਕਾਰਾਂ ਤਾਂ ਅ ਅੰਗਰੇਜ਼ਾਂ ਦੇ ਰਾਜ ਚ ਸੂਰਜ ਦੀ ਟਿੱਕੀ ਨਹੀਂ ਸੀ ਛਿਪਤੀ ਛਿਪਣ ਲਾਤੀ ਤਾਂ ਇਸ ਕਰਕੇ ਇਹ ਲੜਾਈਆਂ ਦਾ ਨਿਰਪਰ ਇਸ ਗੱਲ ਤੇ ਕਰੂਗਾ ਪ੍ਰਾਪਤੀਆਂ ਨੇ ਜਿਹੜੀਆਂ ਵੀ ਲੋਕਾਂ ਦੇ ਅੰਦਰ ਇਸ ਗੱਲ ਦੀ ਦੂਰ ਰਸ ਸੋਚ ਕਿੰਨੀ ਪੈਦਾ ਹੋਈ ਹੈ ਨਰਮੇ ਘੋਲ ਵੇਲੇ ਜਿੰਨਾ ਘੋਲ ਚੱਲਿਆ ਸੀਗਾ ਉਹਦੀਆਂ ਉਹਨੇ ਜੋ ਮੀਲ ਪੱਥਰ ਸਥਾਪਿਤ ਕੀਤੇ ਉਹਨਾਂ ਮੀਲ ਪੱਥਰਾਂ ਦੇ ਉੱਤੋਂ ਦੀ ਲੰਘ ਕੇ ਇਹ ਉਦੋਂ ਵੱਡੀ ਛੱਲ ਆਈ ਹੈ ਲੋਕੋਲ ਦੀ ਜੇ ਏ ਘੋਲ ਦਾ ਸਿੱਟਾ ਕੁਛ ਵੀ ਹੋਵੇ ਜੋ ਇਹਨੇ ਜਲਵੇ ਦਿਖਾਤੇ ਇਹਨਾਂ ਮੀਲ ਪੱਥਰਾਂ ਤੋਂ ਹੋ ਕੇ ਲੋਕੋਲ ਆਦੀਆਂ ਨਹੀਂਆਂ ਅਗਲੀਆਂ ਛੱਲਾਂ ਨੇ ਇਦੋਂ ਵੀ ਹੋਰ ਉਤੇ ਹੋ ਕੇ ਆਉਣ ਕਿ ਪ੍ਰੋਫੈਸਰ ਸਾਹਿਬ ਤੁਹਾਡੇ ਕੋਲੇ ਆ ਰਹੇ ਆ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਇਸ ਘੋਲ ਦੀ ਜਾਂ ਇਸ ਸੰਘਰਸ਼ ਦੀ ਜਿਹੜੀ ਆਉਣ ਵਾਲੀ ਰੂਪਰੇਖਾ ਉਹ ਕਿਹੜੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿਸ ਤਰੀਕੇ ਨਾਲ ਇਸ ਸੰਘਰਸ਼ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਤੁਹਾਨੂੰ ਕੀ ਲੱਗਦਾ ਜੀ ਮੈਂ ਪਹਿਲਾਂ ਤਾਂ ਤੁਹਾਡੇ ਪਿਛਲੇ ਸਵਾਲ ਤੋਂ ਸ਼ੁਰੂ ਕਰਦਾ ਜਦ ਸਦੀਪ ਜੀ ਨੂੰ ਪੁੱਛਿਆ ਸੀਗਾ ਬਟ ਉਹਦਾ ਮੈਨੂੰ ਲੱਗਿਆ ਕਿ ਉਹ ਪੂਰਾ ਉੱਤਰ ਨਹੀਂ ਮਿਲਿਆਗਾ ਤੁਸੀਂ ਜਿਹੜੀ ਗੱਲ ਕੀਤੀ ਧਾਰਾ 370 ਦੀ ਵੀ ਕੀਤੀ ਸੀਏ ਦੇ ਸਬੰਧ ਵਿੱਚ ਵੀ ਕੀਤੀ ਤੇ ਇਹਦੇ ਸਬੰਧ ਵਿੱਚ ਵੀ ਕੀਤੀ ਇਹਨਾਂ ਸਾਰੀਆਂ ਚੀਜ਼ਾਂ ਦੀ ਇੱਕ ਲੜੀ ਆ ਜੀ ਕਿ ਤੁਸੀਂ ਦੋ ਦਿਨਾਂ ਵਿੱਚ ਇੱਕ ਕਾਨੂੰਨ ਪਾਸ ਕਰ ਦਿੰਨੇ ਆ ਢਾਈ ਦਿਨਾਂ ਚ ਇੱਕ ਕਾਨੂੰਨ ਪਾਸ ਕਰ ਦਿੰਨੇ ਆ ਬਿਨਾ ਬਹਿਸ ਤੋਂ ਕਾਨੂੰਨ ਪਾਸ ਕਰ ਦਿੰਨੇ ਆ ਬਿਨਾ VOTING ਤੋਂ ਕਾਨੂੰਨ ਪਾਸ ਕਰ ਦਿੰਨੇ ਆ ਸਿਰਫ ਵੌਇਸ VOTING ਦੇ ਰਾਹੀਂ ਜਿਹੜਾ ਇਹੋ ਜਿਹੇ ਧੋਖੇ ਦੇ ਢੰਗ ਨਾਲ ਕਾਨੂੰਨ ਪਾਸ ਕਰ ਦਿੰਨੇ ਹੋ ਇਹ ਜਿਹੜੀ ਇੱਕ ਇਹ ਇੱਕ ਜਿਹੜੀ ਹਿੰਮਤ ਹੈ ਇਹ ਜਿਹੜੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਉਹ ਦੰਡਤਾ ਕਿਸੇ ਸਰਕਾਰ ਦੇ ਵਿੱਚ ਹੈ ਇਹ ਕਿੱਥੋਂ ਆਉਂਦੀ ਹੈ ਇਹ ਆਪਾਂ ਹੀ ਦਿੰਨੇ ਆ ਜੀ ਮਤਲਬ ਜਿੰਨੀ ਇਨੀ ਬਰੂਟ ਮжоਰਿਟੀ ਦੇ ਨਾਲ ਇਹ ਸਰਕਾਰ ਨੂੰ ਜਿਤਾਇਆ ਗਿਆ ਤੁਸੀਂ ਮਤਲਬ ਕਿਸੇ ਵੀ ਕਿਸਮ ਦਾ ਵਿਰੋਧ ਕਰਦੇ ਆਏਗਾ ਤੂੰ ਮੋਦੀ ਹੀ ਮਤਲਬ ਇਸ ਕਿਸਮ ਦੀ ਹੁਣ ਉਹੀ ਜਿਹੜੀਆਂ ਹਰਿਆਣੇ ਦੇ ਕਿਸਾਨ ਨੇ ਉਹਨਾਂ ਨੇ ਜਿਤਾਈਆਂ ਇਹ ਤਾਕਤਾਂ ਅੱਜ ਉਹ ਕਹਿੰਦੇ ਆ ਵੀ ਇਹ ਗਲਤ ਹੋ ਗਿਆ ਪਰ ਭਾਈ ਜੇ ਤੁਸੀਂ ਧਾਰਾ 370 ਵੇਲੇ ਦੇਖਦੇ ਹੋ ਤੇ ਉਦੋਂ ਖੁਸ਼ ਹੋਣੇ ਵੀ ਦੇਖਿਆ ਢਾਈ ਦਿਨਾਂ ਚ ਕਾਨੂੰਨ ਪਾਸ ਹੋ ਗਿਆ ਤੇ ਹੁਣ ਕਿਉਂ ਨਹੀਂ ਹੋਊਗਾ ਮਤਲਬ ਜਿਹੜੀ ਚੀਜ਼ ਇੱਕ ਵਾਰੀ ਕਰੂ ਸਰਕਾਰ ਉਹ ਦੂਜੀ ਵਾਰੀ ਵੀ ਕਰੂਗੀ ਇਹ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਸਰਕਾਰਾਂ ਨੂੰ ਇੰਨੀ ਬਰੂਟ ਮжоਰਿਟੀ ਦੇਣਾ ਲੋਕਾਂ ਨੂੰ ਕਮਜ਼ੋਰ ਕਰਨ ਦਾ ਕੰਮ ਹੁੰਦਾ ਹੈ ਇਸ ਦਾ ਐਲਾਨ ਮੈਂ ਹਮੇਸ਼ਾ ਜੋੜਦਾ ਹਾਂ ਕਿ ਭਗਤ ਸਿੰਘ ਨੇ 8 ਅਪ੍ਰੈਲ ਨੂੰ 1929 ਵਾਲੇ ਦਿਨ ਇਸੇ ਅਸੈਂਬਲੀ ਦੇ ਵਿੱਚ ਉਸ ਵਿੜਿਓ ਨੂੰ ਅਸੈਂਬਲੀ ਕਹਿੰਦੇ ਸੀਗੇ ਅੱਜ ਕੱਲ ਇਹਨੂੰ ਲੋਕ ਸਭਾ ਕਹਿੰਦੇ ਆ ਤੇ ਰਾਜ ਸਭਾ ਦੇ ਨਾਲ ਹੀ ਬੰਦੀ ਹੈ ਉੱਥੇ ਦੋ ਬੰਬ ਸੱਟ ਕੇ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਨੇ ਇਹ ਐਲਾਨ ਕੀਤਾ ਸੀ ਕਿ ਇਹ ਜਿਹੜੇ ਇੱਥੇ ਕਾਨੂੰਨ ਪਾਸ ਹੋ ਰਹੇ ਨੇ ਇਹ ਲੋਕਾਂ ਦੀ ਮਰਜ਼ੀ ਨਾਲ ਨਹੀਂ ਹੋ ਰਹੇ ਲੋਕਾਂ ਦੀ ਆਵਾਜ਼ ਨਹੀਂ ਇਹਦੇ ਵਿੱਚ ਹੈਗੀ ਲੋਕਾਂ ਦੀ ਆਵਾਜ਼ ਸੁਣੀ ਨਹੀਂ ਜਾ ਰਹੀ ਇਸ ਕਰਕੇ ਸਾਨੂੰ ਧਮਾਕੇ ਕਰਨੇ ਪੈਣਗੇ ਭਗਤ ਸਿੰਘ ਨੇ ਕਿਹਾ ਸੀ ਕਿ ਬੋਲਿਆਂ ਦੇ ਕੰਨ ਖੋਲੇ ਜਾ ਸਕਣ ਤਾਂ ਕਿ ਹੁਣ ਇਸ ਵੇਲੇ ਸਥਿਤੀ ਲਗਭਗ ਉਹੋ ਜੀ ਬਣ ਗਈ ਆ ਹੁਣ ਆਪਾਂ ਜੇ ਗੱਲ ਕਰਦੇ ਆਂ ਵੀ ਸੰਘਰਸ਼ ਸੰਘਰਸ਼ ਦੇ ਨਾਲ ਆਪ ਨੂੰ ਖਤਰੇ ਵੀ ਦੇਖਣੇ ਪੈਣਗੇ ਨਾਲ ਨਾਲ ਮਤਲਬ ਤੁਸੀਂ ਇੱਕ ਪਾਸੇ ਸ਼ਾਹੀਨ ਬਾਗ ਦੇ ਵਿੱਚ ਜੋ ਲੋਕ ਬੈਠਦੇ ਆ ਸੀਏ ਦਾ ਵਿਰੋਧ ਕਰਨ ਵਾਸਤੇ ਉਹਨਾਂ ਦੇ ਵਿਰੁੱਧ ਕਿਸ ਕਿਸਮ ਦੀ ਭਾਸ਼ਾ ਕਿਸ ਕਿਸਮ ਦੇ ਨਾਲ ਜਿਹੜਾ ਉਹਨਾਂ ਨੂੰ ਮੁਸਲਮ ਹੋਣ ਕਰਕੇ ਹਿੰਦੂ ਵਰਗ ਨੂੰ ਦੇ ਵਿਰੁੱਧ ਖੜਾ ਕੀਤਾ ਜਾਂਦਾ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਇੱਕ ਆ ਕੱਲ ਨੂੰ ਐਸਵਾਈਐਲ ਦਾ ਮੁੱਦਾ ਆ ਜੇ ਮੰਨ ਲਓ ਤੇ ਹਰਿਆਣਾ ਤੇ ਪੰਜਾਬ ਦੇ ਕਿਸਾਨ ਕਿ ਕਿਹੜੇ ਇੱਕੇ ਜਾਣਗੇ ਇਸੇ ਕਿਸਮ ਦੀਆਂ ਸਥਿਤੀਆਂ ਇਹ ਸਰਕਾਰ ਕੋਲੇ ਉਹਨਾਂ ਹੱਤਖੰਡਿਆਂ ਨੂੰ ਧਿਆਨ ਚ ਰੱਖ ਕੇ ਹੀ ਮਤਲਬ ਕੰਨੀ ਪਊਗੀ ਹਾਂ ਤੁਸੀਂ ਅੱਗੇ ਗੱਲ ਕਰਦੇ ਆਂ ਸ਼ੰਕਾ ਇੱਥੇ ਇਹ ਵੀ ਜਿਤਾਈ ਜਾ ਸਕਦੀ ਹੈ ਕਿ ਆਉਣ ਵਾਲੇ ਸਮੇਂ ਚ ਇਸੇ ਵਿਰੋਧ ਨੂੰ ਖਾਲਿਸਤਾਨ ਦੇ ਪੱਖੀ ਇਕਰਾਰ ਦੇ ਕੇ ਜਿਹੜਾ ਇਸ ਮੂਮੈਂਟ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜਿਵੇਂ ਸ਼ਾਹੀਨ ਬਾਗ ਦੇ ਵਿੱਚ ਕੀਤਾ ਗਿਆ ਨਹੀਂ ਬਿਲਕੁਲ ਇਸ ਕਿਸਮ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਨੇ ਜਦੋਂ ਰਾਜ ਆਪਣੇ ਅਧਿਕਾਰ ਮੰਗਦੇ ਆ ਤੋ ਉਹਨਾਂ ਰਾਜਾਂ ਦੇ ਅਧਿਕਾਰਾਂ ਨੂੰ ਫਿਰ ਉਹਦੇ ਧਰਮ ਨਾਲ ਜੋੜ ਕੇ ਕਦੇ ਜਾਤ ਨਾਲ ਜੋੜ ਕੇ ਤੇ ਤੁਸੀਂ ਇੱਕ ਮжоਰਿਟੀ ਨੂੰ ਉਹਦੇ ਵਿਰੁੱਧ ਖੜਾ ਕਰਨ ਦੀ ਕੋਸ਼ਿਸ਼ ਕਰਦੇ ਹੋ ਇਹ ਜਿਹੜੀਆਂ ਪਾਲਿਸੀਆਂ ਤੁਸੀਂ ਦੇਖੋ ਵੀ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਸੂਰੇ ਨਹੀਂ ਟਿੱਕੀ ਨਹੀਂ ਡੁੱਬਦੀ ਪਰ ਡੁੱਬ ਗਈ ਬਟ ਇਹ ਵੀ ਫੈਕਟ ਹੈ ਕਿ ਭਾਰਤ ਵਰਗੇ ਇੱਕ ਦੇਸ਼ ਦੇ ਉੱਤੇ ਉਹ ਲਗਭਗ 207 ਰਾਜ ਕਰਕੇ ਗਏ ਤੇ ਅੰਗਰੇਜ਼ਾਂ ਦੀ ਭਾਰਤ ਵਿੱਚ ਕਦੇ ਵੀ ਗਿਣਤੀ 1 ਲੱਖ ਤੋਂ ਉੱਪਰ ਨਹੀਂ ਹੋਈਗੀ ਸਿਰਫ 1857 ਦੇ ਵਿਦਰੋਹ ਦੇ ਸਮੇਂ ਅੰਗਰੇਜ਼ਾਂ ਨੂੰ ਆਦੀਆਂ ਫੌਜਾਂ ਭਾਰਤੀ ਬੁਲਾਉਣੀਆਂ ਪਈਆਂ ਉਸ ਵੇਲੇ ਉਹਨਾਂ ਦੀ ਗਿਣਤੀ ਕੋਈ 2.5 ਲੱਖ ਦੇ ਕਰੀਬ ਪਹੁੰਚੀ ਸੀ ਅਦਰਵਾਇਜ਼ 1 ਲੱਖ ਦੇ ਕਰੀਬ 1 ਲੱਖ ਤੋਂ ਵੀ ਘੱਟ ਅੰਗਰੇਜ਼ ਇੱਥੇ ਆਉਂਦਾ ਤੇ 33 ਕਰੋੜ ਉਸ ਵੇਲੇ ਭਾਰਤ ਦੀ ਆਬਾਦੀ ਸੀ ਉਹ ਤੇ ਰਾਜ ਕਰਕੇ ਜਾਂਦਾ ਕਿਵੇਂ ਕਰਦਾ ਫੁੱਟ ਪਾਉ ਤੇ ਰਾਜ ਕਰੋ ਮਤਲਬ ਉਸ ਵੇਲੇ ਭਾਰਤ ਦੇ ਉੱਤੇ ਅੰਗਰੇਜ਼ ਰਾਜ ਕਰਦੇ ਸੀ ਉਹ ਫੁੱਟ ਪਾਉਂਦੇ ਸੀ ਅੱਜ ਕੱਲ ਸਾਡੇ ਆਪ ਦੇ ਹੀ ਹੁਕਮਰਾਨ ਉਸੇ ਨੀਤੀ ਨੂੰ ਚੱਕ ਕੇ ਫੋਟੋ ਪਾਉ ਤੇ ਰਾਜ ਕਰੋ ਦੀ ਨੀਤੀ ਉਤੇ ਚੱਲ ਰਹੇ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿਰੁੱਧ ਇੱਕ ਸਿਧਾਂਤਕ ਮਤਲਬ ਕੱਲੀ ਇਹ ਆਰਥਿਕ ਗੱਲ ਨਹੀਂ ਆਰਥਿਕ ਸੰਘਰਸ਼ ਨਹੀਂ ਇੱਕ ਸਿਧਾਂਤਕ ਸੰਘਰਸ਼ ਜਿਹੜਾ ਕਿ ਲੋਕਤੰਤਰੀ ਸਿਧਾਂਤਾਂ ਦੀ ਗੱਲ ਕਰਦਾ ਹੋਵੇ ਜਿਹੜਾ ਇਸ ਗੱਲ ਨੂੰ ਅੱਗੇ ਲੈ ਕੇ ਜਾਂਦਾ ਹੋਵੇ ਕਿ ਰਾਸ਼ਟਰ ਦਾ ਕਨਸੈਪਟ ਕਿਹੋ ਜਿਹਾ ਹੋਣਾ ਚਾਹੀਦਾ ਹੈ ਰਾਸ਼ਟਰ ਦਾ ਕਨਸੈਪਟ ਜਿਹੜਾ ਹੈ ਉਹ ਕਿਸੇ ਧਰਮ ਨਾਲ ਜੁੜਿਆ ਹੋਣਾ ਚਾਹੀਦਾ ਜਾਂ ਲੋਕਾਂ ਦੇ ਹਿੱਤਾਂ ਨਾਲ ਜੁੜਿਆ ਹੋਣਾ ਚਾਹੀਦਾ ਮਤਲਬ ਜਿਹੜੀਆਂ ਗੱਲਾਂ ਭਾਗਤ ਸਿੰਘ ਵਰਗੇ ਲੋਕਾਂ ਨੇ ਉਸ ਵੇਲੇ ਕੀਤੀਆਂ ਸੀ ਆਪਾਂ ਨੂੰ ਉੱਥੋਂ ਉਹੀ ਵਰਕਾ ਦੁਬਾਰਾ ਤੋਂ ਫਿਰ ਖੋਲਣ ਦੀ ਲੋੜ ਹੈ ਕਿ ਉਹ ਕਿਉਂ ਕਹਿ ਰਹੇ ਸੀਗੇ ਕਿ ਇਹਨਾਂ ਵਿਧਾਨ ਸਭਾਵਾਂ ਦੇ ਵਿੱਚ ਲੋਕਾਂ ਦੀ ਗੱਲ ਨਹੀਂ ਪਹੁੰਚ ਰਹੀਗੀ ਤੇ ਉਹੀ ਗੱਲ ਅੱਜ ਫੇਰ ਆਪਾਂ ਉੱਥੇ ਆ ਕੇ ਖੜ ਗਏ ਆ ਇਸ ਵਾਰੀ ਕੀ ਹੈ ਕਿ ਇਸ ਵਾਰੀ ਸਾਡੀ ਹੀ ਮжоਰਿਟੀ ਲੈ ਕੇ ਸਾਡੇ ਹੀ ਵਿਰੋਧ ਉਸ ਨੂੰ ਵਰਤਿਆ ਜਾ ਰਿਹਾ ਤੇ ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਲੋਕਾਂ ਨੂੰ ਲੱਗਦਾ ਹੈ ਕਿ ਇਹਦੇ ਨਾਲ ਕੋਈ ਹਿੰਦੂਆਂ ਦਾ ਪੱਖ ਪੂਰਿਆ ਜਾ ਰਿਹਾ ਕਿਹੜੇ ਹਿੰਦੂਆਂ ਦਾ ਪੱਖ ਪੂਰਿਆ ਜਾ ਰਿਹਾ ਉਹਦੇ ਨਾਲ ਤੁਸੀਂ ਕਮਾਲ ਦੀ ਗੱਲ ਹੈ ਵੀ ਦੇਖੋ ਵੀ ਬਿਹਾਰ ਦੇ ਵਿੱਚੋਂ ਸਭ ਤੋਂ ਵੱਧ ਮਜ਼ਦੂਰ ਪੰਜਾਬ ਤੇ ਹਰਿਆਣੇ ਵਿੱਚ ਆਉਂਦਾ ਹੈ ਤੇ ਬਿਹਾਰ ਦੇ ਵਿੱਚ ਏਸੇ ਐਨਡੀਏ ਸਰਕਾਰ ਉਸ ਵੇਲੇ ਵਾਜਪਈ ਸਾਹਿਬ ਦੀ ਸੀਗੀ ਜਦੋਂ ਮੰਡੀ ਕਰਨ ਦਾ ਸਿਸਟਮ ਖਤਮ ਕੀਤਾ ਗਿਆ ਸੀ 2006 ਦੇ ਵਿੱਚ ਤੇ ਉਹ ਜਿਹੜਾ ਕਿਸਾਨ ਹੈ ਉਹ ਅੱਜ ਕੱਲ ਮਜ਼ਦੂਰੀ ਕਰਨ ਵਾਸਤੇ ਆਪਣੇ ਉਹ ਹਿੰਦੂ ਹੀ ਹੈ ਨਾ ਮジョਰਿਟੀ ਹਿੰਦੂ ਹੀ ਹੈ ਜੀ ਤੇ ਬਟ ਇਹ ਅੱਖਾਂ ਉੱਤੇ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ ਪਰਦਾ ਪਾ ਦਿੱਤਾ ਜਾਂਦਾ ਹੈ ਕਿ ਇੱਕ ਮੰਦਰ ਬਣਾਤਾ ਇੱਕ ਮੂਰਤੀ ਖੜੀ ਕਰਤੀ ਇੱਕ ਕਿਸੇ ਦਾ ਨਾਰਾ ਲਾਤਾ ਕਿ ਜੀ ਅਸੀਂ ਹਿੰਦੂ ਹਿਰਦੇ ਸਮਰਾਟ ਐ ਤੇ ਹਿੰਦੂਆਂ ਦੀ ਗੱਲ ਕਰਦੇ ਆ ਤੇ ਲੋਕ ਉਹਦੇ ਪਿਛਲਾਵੇ ਚ ਆ ਜਾਂਦੇ ਏ ਤੋਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿਰੁੱਧ ਇੱਕ ਆਰਥਿਕ ਸੰਘਰਸ਼ ਤਾਂ ਹੈ ਹੀ ਹੈ ਪਰ ਨਾਲ ਹੀ ਨਾਲ ਸਾਨੂੰ ਇੱਕ ਸਿਧਾਂਤਕ ਇੱਕ ਜਮਹੂਰੀ ਇੱਕ ਲੋਕਤੰਤਰੀ ਸੰਘਰਸ਼ ਜਿਹਦੇ ਵਿੱਚ ਨਾਲ-ਨਾਲ ਇਸ ਜਿਹੜੀ ਜਿਹੜੀ ਆਪਾਂ ਕਹਿੰਦੇ ਸੂਬਿਆਂ ਦੇ ਅਧਿਕਾਰ ਜਿਹੜੇ ਸੰਘਵਾਦ ਫੈਡਰਲਿਜ਼ਮ ਉਹਨੂੰ ਵੀ ਨਾਲ ਲੈ ਕੇ ਚੱਲਣ ਦੀ ਲੋੜ ਉਹ ਸਿਧਾਂਤਕ ਮੋਰਚੇ ਬੰਦੀ ਵੀ ਬਰਾਬਰ ਕੇਂਦਰ ਦੇ ਵਿਰੁੱਧ ਖੜੀ ਕਰਨ ਦੀ ਲੋੜ ਹੈ ਕਿਉਂਕਿ ਜੀਐਸਟੀ ਦਾ ਮਸਲਾ ਜਿਵੇਂ ਆਪਾਂ ਨੂੰ ਪਤਾ ਹੈ ਵੀ ਜੀਐਸਟੀ ਦੇ ਵਿੱਚ ਸਾਰੇ ਹੀ ਟੈਕਸ ਜਿਹੜੇ ਨੇ ਕੇਂਦਰ ਨੇ ਆਪਦੇ ਹੱਥਾਂ 'ਚ ਕਰ ਲਏ ਨੇ ਤੇ ਅੱਜ ਸੂਬੇ ਜਿਹੜੇ ਨੇ ਠੂਠਾ ਫੜ ਕੇ ਦੇਖ ਰਹੇ ਨੇ ਉਹਦੇ ਵੱਲ ਵੀ ਸਾਨੂੰ ਕਦੋਂ ਸੀ ਉਹਦੇ ਵਿੱਚ ਕੋਈ ਖਰਾਦ ਪਾਉਂਗੇ ਤਾਂ ਇਸ ਕਿਸਮ ਦੀ ਹਾਲਤ ਵਿੱਚ ਜਦੋਂ ਸੂਬਿਆਂ ਨੂੰ ਲਿਆ ਦਿੱਤਾ ਗਿਆ ਤਾਂ ਸੂਬੇ ਆਪਦੇ ਹੱਕਾਂ ਦੀ ਗੱਲ ਕਰਨਗੇ ਤਾਂ ਉਹਨਾਂ ਨੂੰ ਜਿਵੇਂ ਤੁਸੀਂ ਕਿਹਾ ਹੈ ਕਿ ਵੱਖ-ਵੱਖ ਧਰਮਾਂ ਨਾਲ ਜੋੜ ਕੇ ਉਹਨੂੰ ਇੱਕ ਪੋਲਰਾਈਜ਼ੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਉਹ ਤੋਂ ਬਚਣ ਦੀ ਲੋੜ ਹੈ ਹਾਂ ਗੁਰਪ੍ਰੀਤ ਜੀ ਤੁਹਾਡੇ ਕੋਲ ਮੈਂ ਆਖਰੀ ਸਵਾਲ ਦੇ ਤੌਰ ਤੇ ਆ ਰਿਹਾ ਕਿ ਜਿਸ ਤਰ੍ਹਾਂ ਕਿ ਪ੍ਰੋਫੈਸਰ ਸਾਹਿਬ ਨੇ ਗੱਲ ਕਹੀ ਹੈ ਕਿ ਕੇਂਦਰ ਨੇ ਸਾਰੀਆਂ ਤਾਕਤਾਂ ਸੈਂਟਰਲਾਈਜ਼ ਕਰ ਲਈਆਂ ਸੂਬਿਆਂ ਦੇ ਕੋਲ ਜਿਹੜੇ ਬਹੁਤ ਘੱਟ ਅਧਿਕਾਰ ਰਹਿ ਗਏ ਨੇ ਤੇ ਨਾਲ ਹੀ ਜੇ ਆਪਾਂ ਗੱਲ ਕੀਤੀ ਜਾਵੇ ਤੇ ਜਿੱਥੇ ਵੀ ਜਿਹੜੇ ਸੂਬੇ ਦੇ ਵਿੱਚ ਬੀਜੇਪੀ ਤੋਂ ਬਿਨਾ ਕਿਸੇ ਹੋਰ ਪਾਰਟੀ ਦੀ ਸਰਕਾਰ ਆ ਤਾਂ ਉਹਨਾਂ ਦੀ ਸੱਤਾ ਹਥਿਆਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਇਸ ਪੂਰੇ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਜਿਹੜੀ ਸੈਂਟਰ ਦੀ ਸਰਕਾਰ ਆ ਜਾਂ ਬੀਜੇਪੀ ਦੀ ਸਰਕਾਰ ਆ ਕਿਸ ਸਥਿਤੀ ਜਾਂ ਕਿਸ ਮੰਸ਼ਾ ਨਾਲ ਇਹ ਸਾਰੇ ਕੰਮ ਕਰਦੀ ਹੈ ਹਾਂਜੀ ਅਸਲ ਦੇ ਵਿੱਚ ਇਹ ਹੈ ਕਿ ਜਿਹੜੀ ਇਹ ਸਰਕਾਰ ਆਈ 2014 ਚ ਇਹ ਸਰਕਾਰ ਆਈ ਨਹੀਂ ਇਹ ਲਿਆਂਦੀ ਗਈ ਸੀ ਇਹਨਾਂ ਦਾ ਨਾ ਪੂਰੇ ਦਾ ਪੂਰਾ ਜਿਹੜਾ ਚੋਣ ਪ੍ਰਚਾਰ ਤੁਸੀਂ ਸਟੱਡੀ ਕਰੋ ਉਸ ਸਮੇਂ ਦਾ ਉਹ ਪੂਰਾ ਮਤਲਬ ਕਾਰਪੋਰੇਟ ਲੈਵਲ ਤੇ ਕੀਤਾ ਗਿਆ ਸੀ ਉਹ ਮਤਲਬ ਕਈ ਹਜ਼ਾਰ ਕਰੋੜ ਦਾ ਚੋਣ ਪ੍ਰਚਾਰ ਸੀ ਉਹ ਤੇ ਉਹ ਸਾਰਾ ਫੰਡਡ ਸੀ ਇਹਨਾਂ ਕੰਪਨੀਆਂ ਵੱਲੋਂ ਜਿੰਨਾਂ ਕੰਪਨੀਆਂ ਲਈ ਹੋਣ ਇਹ ਕੰਮ ਕਰ ਰਹੇ ਆ ਜੀ ਤੁਸੀਂ YouTube ਖੋਲਦੇ ਸੀ ਤੁਸੀਂ Facebook ਖੋਲਦੇ ਸੀ ਤੁਸੀਂ ਕੁਝ ਵੀ ਖੋਲਦੇ ਸੀ ਉੱਥੇ ਮੋਦੀ ਦਿਖਾਈ ਦਿੰਦਾ ਸੀ ਉਹ ਕਹਿੰਦੇ ਨੇ ਵੀ ਜੇ ਕੋਈ ਵੀ ਝੂਠ ਹੋਵੇ ਉਹਨੂੰ ਸੱਚ ਸਾਬਤ ਕਰਨਾ ਹੋਵੇ ਉਹਨੂੰ ਵਾਰ-ਵਾਰ ਬੋਲੋ ਉੱਚੀ-ਉੱਚੀ ਬੋਲੋ ਫੇਰ ਦੁਬਾਰਾ ਰਿਪੀਟ ਕਰੋ ਅਲਟੀਮੇਟਲੀ ਉਹ ਸੱਚ ਲੱਗਣ ਲੱਗ ਜਾਂਦਾ ਤੁਸੀਂ ਸੜਕਾਂ ਤੇ ਤੁਰਦੇ ਸੀ ਤੁਹਾਨੂੰ ਸੜਕਾਂ ਤੇ ਮੋਦੀ ਦੇ ਪੋਸਟਰ ਦੀਂਦੇ ਸੀ ਤੁਸੀਂ ਕਿਤੇ ਵੀ ਜਾਂਦੇ ਸੀ ਮੰਦਿਰ ਚ ਜਾਂਦੇ ਸੀ ਕਿਤੇ ਉੱਥੇ ਮਤਲਬ ਮੋਦੀ ਬਾਰੇ ਗੱਲ ਹੋ ਰਹੀ ਹੁੰਦੀ ਸੀ ਉਹ ਇੰਨੀ ਵਾਰ ਇਸ ਪ੍ਰਚਾਰ ਨੂੰ ਕੀਤਾ ਗਿਆ ਔਰ ਇਸ ਤਰੀਕੇ ਨਾਲ ਇੰਨਾ ਪੈਸਾ ਲਾ ਕੇ ਕਰੋੜਾਂ ਮਤਲਬ ਰੁਪਏ ਲਾ ਕੇ ਕੀਤਾ ਗਿਆ ਕਿ ਉਹਨਾਂ ਦੀ ਸਰਕਾਰ ਬਣ ਗਈ ਹੁਣ ਜਿਨ ਨੇ ਇਹ ਇੰਨਾ ਪੈਸਾ ਲਾਇਆ ਜਿਹੜੀਆਂ ਕੰਪਨੀਆਂ ਨੇ ਅਰਬਾਂ ਰੁਪਏ ਇਨਫੈਕਟ ਲਾਏ ਆ ਚੋਣ ਪ੍ਰਚਾਰ ਤੇ ਤੁਹਾਡੇ ਉਹ ਕਿਉਂ ਲਾਏ ਆ ਮੈਂ ਕਿ ਪਿੱਛੇ ਜੇ ਕਿਸੇ ਸਿੰਗਰ ਦੀ ਗੱਲ ਕਰ ਰਿਆ ਸੀ ਵੀ ਉਹਨੂੰ ਕਿਸੇ ਨੇ ਸਪான்ਸਰ ਕੀਤਾ ਤੇ ਉਹ ਕਹਿੰਦਾ ਬਾਅਦ ਵਿੱਚ ਮੈਂ ਕੰਟਰੈਕਟ ਨਹੀਂ ਕਰਨਾ ਉਹ ਉਵੇਂ ਹੀ ਹੈ ਉਹ ਜਿਹੜਾ ਬੰਦਾ ਤੁਹਾਡੇ ਤੇ ਪੈਸੇ ਲਾ ਰਿਹਾ ਉਹਨੇ ਵਾਪਸ ਤਾਂ ਲੈਣਾ ਨਾ ਜੀ ਹੁਣ ਉਹਨੇ ਨੇ ਕਰੋੜਾਂ ਅਰਬਾਂ ਰੁਪਏ ਲਾਏ ਆ ਤੇ ਉਹਨੇ ਉਹ ਤੋਂ ਕਈ ਗੁਣਾ ਕਰਕੇ ਵਾਪਸ ਲੈਣੇ ਆ ਤਾਂ ਉਹ ਨੀਤੀਆਂ ਇਹ ਸਰਕਾਰ ਤੋਂ ਲਖਵਾ ਨਹੀਂ ਰੇ ਇਸ ਕਰ ਸਰਕਾਰ ਨੂੰ ਗੋਦੀ ਚ ਬਿਠਾ ਕੇ ਨੀਤੀਆਂ ਆਪ ਘੜ ਲਿਆ ਹੈ ਜਿਹੜੇ ਜਿਵੇਂ ਸਾਡੇ ਇਕਨੋਮਿਸਟ ਹੈਗੇ ਆ ਵੱਡੇ ਵੱਡੇ ਉਹ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਵੱਡੇ ਵੱਡੇ ਇਕਨੋਮਿਸਟ ਹੈ ਜਿਹਨਾਂ ਨੂੰ ਨੋਬਲ ਅਵਾਰਡ ਮਿਲਦੇ ਆ ਓਡੇ ਵੱਡੇ ਇਕਨੋਮਿਸਟ ਇੰਨਾ ਵੱਡੀਆਂ ਕੰਪਨੀਆਂ ਨੇ ਆਪਦੇ ਕੋਲੇ ਨੌਕਰੀਆਂ ਤੇ ਰੱਖੇ ਹੋਏ ਆ ਜਿਹੜੇ ਇੰਡੀਆ ਦੀ ਇਹ ਗੱਲ ਕਰ ਰਹੇ ਸੀ ਨਾ ਪਤੁੜੀ ਥੇਰ ਪਹਿਲਾਂ ਵੀ ਕਿਸਾਨਾਂ ਨੇ ਤਾਂ ਮੰਗੇ ਨਹੀਂ ਇਹ ਬਿੱਲ ਤਾਂ ਫੇਰ ਕਿਵੇਂ ਆਏ ਤਾਂ ਇਹ ਹਮੇਸ਼ਾ ਇਸ ਗੱਲਾਂ ਦਾ ਜਵਾਬ ਦਿੰਦੇ ਆ ਵੀ ਅਸੀਂ ਆ ਫਲਾਨੀ ਕਮੇਟੀ ਬਣਾਈ ਸੀ ਉਹਨੇ ਰਿਸਰਚ ਕੀਤੀ ਕਿ ਕਿਸਾਨਾਂ ਨੂੰ ਇਹਦੀ ਲੋਡ ਆ ਉਹ ਅਸਲ ਦੇ ਵਿੱਚ ਇੱਕ ਕੋਨ ਇਕਨੋਮਿਕ ਰਿਸਰਚ ਹੈ ਜਿਹੜੀ ਜਿਵੇਂ ਸੁਦੀਪ ਜੀ ਨੇ ਵੀ ਦੱਸਿਆ ਉਹਦੀਆਂ ਮੈਂ ਦੋ ਉਦਾਹਰਨਾਂ ਦਿੰਦਾ ਸੁਦੀਪ ਉਦਾਹਰਨਾਂ ਇਹ ਹੈ ਕਿ ਸਾਡੇ ਇੱਥੇ ਨਾ ਇਹਨਾਂ ਨੇ ਵੱਡੀਆਂ ਕੰਪਨੀਆਂ ਇਹਨਾਂ ਨੂੰ ਕੁਝ ਫੰਡ ਹੁੰਦਾ ਹੈ ਸੋਸ਼ਲ ਸਰਵਿਸ ਚ ਲਾਉਣਾ ਹੁੰਦਾ ਸਮਾਜ ਸੇਵਾ ਚ ਲਾਉਣਾ ਹੁੰਦਾ ਦਿਖਾਉਣਾ ਹੁੰਦਾ ਲਾਇਆ ਵਿਆ ਤੇ ਉਹਦੇ ਵੀ ਵੈਸੇ ਕਾਲੇ ਸੱਚ ਹੋਰ ਵੀ ਬਹੁਤ ਹੈ ਜਿਵੇਂ ਸਾਡਾ ਇੱਕ ਮੁੰਡਾ ਉਹਨੇ ਦੱਸਿਆ ਜਿਹੜਾ ਮੈਡੀਕਲ ਫੀਲਡ ਦੇ ਨਾਲ ਰਿਲੇਟਡ ਹੈ ਕਿ ਬਹੁਤ ਵੱਡਾ ਪੈਸਾ ਕਪਲਾ ਹੁੰਦਾ ਵੀ ਕੰਪਨੀਆਂ ਕਹਿੰਦੀਆਂ ਵੀ ਅਸੀਂ ਇੰਨੇ ਲੱਖ ਲਾਉਣਾ ਤੁਸੀਂ ਅੱਖਾਂ ਦਾ ਕੈਂਪ ਲਾਓ ਉਹਦੇ ਚ ਇੰਨੇ ਆਪਰੇਸ਼ਨ ਦਿਖਾਉਣੇ ਆ ਕਰੋ ਤੁਸੀਂ ਕਿੰਨੇ ਮਰਜੀ ਅਸੀਂ ਤੁਹਾਨੂੰ ਉਹਦੇ ਬਦਲੇ ਇੰਨੇ ਪੈਸੇ ਦਵਾਂਗੇ ਤਾਂ ਮਤਲਬ ਅਰਬਾਂ ਰੁਪਏ ਦਾ ਉਧਰ ਕਪਲਾ ਹੈਗਾ ਪਰ ਇੱਧਰ ਆ ਜਾਓ ਤੁਸੀਂ ਮੈਂ ਵਾਪਸ ਲੈਉਣਾ ਜਿਹੜੇ ਖੇਤੀਬਾੜੀ ਜਿਹੜੇ ਬਿੱਲ ਬਣ ਗਏ ਹੁਣ ਤਿੰਨ ਪਹਿਲਾਂ AirCell ਵੱਲੋਂ ਜਾਂ Reliance ਵੱਲੋਂ ਇਹਨਾਂ ਵੱਲੋਂ ਇਹ ਐਗਰੀਕਲਚਰ ਸ਼ੁਰੂ ਕਰ ਦਿੱਤਾ ਗਿਆ ਸੀ ਬਹੁਤ ਸਾਲ ਪਹਿਲਾਂ ਪਰ ਸ਼ੁਰੂ ਕਿਸ ਤਰ੍ਹਾਂ ਕੀਤਾ ਗਿਆ ਸੀ ਕਿ ਜੀ ਅਸੀਂ ਇਹ ਸੋਸ਼ਲ ਵੈਲਫੇਅਰ ਲਈ ਐਗਰੀਕਲਚਰ ਕਰਾਂਗੇ ਜਿਹੜੇ ਕਿਸਾਨ ਆ ਉਹਨਾਂ ਦੀ ਹੈਲਪ ਕਰਨ ਲਈ ਕੀਤਾ ਗਿਆ ਜਿਹੜਾ ਪੰਜਾਬ ਚ ਐਗਰੀਕਲਚਰ ਹੋਇਆ ਉਹਦੇ ਵਿੱਚ ਇਹਨਾਂ ਨੇ ਹਾਲੈਂਡ ਤੋਂ ਸ਼ਿਮਲਾ ਮਿਰਚਾਂ ਦੇ ਬੀਜ ਮੰਗਵਾਏ ਗਏ ਕਿ ਇਹ ਹਾਲੈਂਡ ਦੇ ਵਿੱਚ ਇੰਨੀਆਂ ਸ਼ਿਮਲਾ ਮਿਰਚਾਂ ਦੀ ਲੋੜ ਹੈ ਇਸ ਤਰ੍ਹਾਂ ਦੀਆਂ ਸ਼ਿਮਲਾ ਮਿਰਚਾਂ ਦੀ ਲੋੜ ਹੈ ਉਹਦੀ ਗ੍ਰੋਥ ਕਿਉਂਕਿ ਇੱਥੇ ਹੋ ਜਾਂਦੀ ਹੈ ਇਸ ਲਈ ਉਹਦੀ ਗ੍ਰੋਥ ਕਰਕੇ ਉਧਰ ਸਾਰੀਆਂ ਦੇ ਸਾਰੀਆਂ ਸਪਲਾਈ ਕੀਤੀਆਂ ਗਈਆਂ ਤੇ ਕਿਸਾਨਾਂ ਨੂੰ ਇਹ ਦਿਖਾਇਆ ਗਿਆ ਜੀ ਜਦੋਂ ਤੁਸੀਂ ਕਣਕ ਝੋਨਾ ਲਾਉਨੇ ਤੁਹਾਨੂੰ ਇੰਨੇ ਕਿੰਨਾਂ ਕਮ ਆਉਂਦੀ ਹੈ ਇਹਦੇ ਨਾਲ ਤੁਹਾਡੀ ਇਨਕਮ ਡੇਢ ਗੁਣਾ ਹੋਗੀ ਠੀਕ ਹੈ ਜੀ ਇਹ ਮਾਡਲ ਉਹਨਾਂ ਨੇ ਪਹਿਲਾਂ ਐਕਸਪੈਰੀਮੈਂਟ ਕਰਕੇ ਸਕਸੈਸਫੁਲ ਕਰਕੇ ਦੇਖਿਆ ਅਡਾਨੀ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਇੱਥੇ ਬੋਗੇ ਬਹੁਤ ਵੱਡੇ ਵੱਡੇ ਗੋਡਾਊਨ ਬਣੇ ਜਿਦੇ ਚ ਹਜ਼ਾਰਾਂ ਟਨ ਮਤਲਬ ਗੋਡਾਊਨ ਦੇ ਵਿੱਚ ਅਨਾਜ ਰੱਖਿਆ ਜਾ ਸਕਦਾ ਹੈ ਟ੍ਰੇਨ ਸਿੱਧੀ ਵਿੱਚ ਜਾਂਦੀ ਹੈ ਤਾਂ ਇਹ ਸਾਰੀ ਤਿਆਰੀ ਬਹੁਤ ਧੀਰ ਤੋਂ ਚੱਲ ਰਹੀ ਸੀ ਉਹਦਾ ਤਾਂ ਹੁਣ ਸਿਰਫ ਇੱਕ ਝਲਕ ਦਿਖਾਈ ਆ ਹਜੇ ਵੀ ਝਲਕ ਹੈ ਕਾਨੂੰਨ ਤਿੰਨੇ ਇਸ ਤੋਂ ਬਾਅਦ ਅੱਗੇ ਹੋਰ ਜਾਣਾ ਕੰਮ ਹਜੇ ਹੋਰ ਕੰਮ ਵਧਣਾ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਦੋ ਚੀਜ਼ਾਂ ਹੋਰ ਐਡ ਕਰਦਾ ਕਿ ਜਿਹੜੀ ਛੋਟੀ ਦੁਕਾਨਦਾਰੀ ਹੈ ਜਿਵੇਂ ਬਠਿੰਡੇ ਦੀ ਲਾ ਲੂ ਮੈਂ ਬਠਿੰਡੇ ਤੋਂ ਗੱਲ ਕਰਦਾ ਕਿਉਂਕਿ ਇੱਥੇ ਰਹਿਣਾ ਮੈਂ ਕੁਝ ਦੁਕਾਨਦਾਰਾਂ ਨਾਲ ਜਾ ਕੇ ਗੱਲ ਕੀਤੀ ਮੈਂ ਕਿਹਾ ਤੁਸੀਂ ਨਹੀਂ ਆਉਂਦੇ ਤੁਹਾਨੂੰ ਪਤਾ ਹੈ ਕਹਿੰਦਾ ਨਾ ਯਾਰ ਨਾ ਤਾਂ ਆਪਾਂ ਨੂੰ ਪਤਾ ਨਾ ਸਾਡਾ ਇਹ ਕੰਮ ਹੈ ਇਹ ਤਾਂ ਨਾ ਜਟਾ ਜੁਟਾ ਦਾ ਕੰਮ ਹੁੰਦਾ ਕਿਸਾਨਾਂ ਦਾ ਕੰਮ ਹੁੰਦਾ ਵੀ ਉਹ ਜਾਂਦੇ ਹੁੰਦੇ ਧਰਨੇ ਤਰਨੇ ਲਾਉਣ ਸਾਡੇ ਦੁਕਾਨਦਾਰਾਂ ਦਾ ਸਾਡਾ ਮਤਲਬ ਕੰਮ ਥੋੜੀ ਆ ਅਸੀਂ ਤਾਂ ਅਗਰਵਾਲ ਜਮਾਤ ਆ ਸਾਡੇ ਤਾਂ ਕੰਮ ਬਿਜ਼ਨਸ ਕਰਨਾ ਹੈ ਅਸਲ 'ਚ ਉਹਨਾਂ ਨੂੰ ਪਤਾ ਹੀ ਨਹੀਂ ਭੋਲੇ ਆ ਉਹਨਾਂ ਨੂੰ ਮੈਂ ਦੱਸਿਆ ਕਿ ਰਿਲਾਇੰਸ ਜਿਹੜਾ ਉਹਨੇ ਹੁਣ ਇੱਥੇ ਬਿੱਗ ਬਾਜ਼ਾਰ ਤੇ ਈਜ਼ੀ ਡੇ ਉਹ ਸਾਰੇ ਖਰੀਦਲੇ ਹੋਏ ਤੇ ਉਸ ਤੋਂ ਬਾਅਦ ਉਹਨਾਂ ਨੇ ਘਰ-ਘਰ ਸਪਲਾਈ ਕੀਤੀ ਹੈ ਹੁਣ ਏਡੇ-ਏਡੇ ਬ੍ਰੋਸ਼ਰ ਬਣਾਏ ਹੋਏ ਸੀ ਜੀਓ ਮਾਰਟ ਲਾਂਚ ਕੀਤਾ ਜੀ ਕਿ ਤੁਹਾਨੂੰ ਘਰਾਂ 'ਚ ਸਪਲਾਈ ਦਵਾਂਗੇ ਨਾਲ ਤੁਹਾਨੂੰ ਆ ਗਿਫਟ ਦਵਾਂਗੇ ਯਾਦ ਹੋਣਾ ਤੁਹਾਡੇ ਜਦੋਂ Jio ਫੋਨ ਦੇ SIM ਲਾਂਚ ਕੀਤੇ ਆ ਉਹਦੋਂ ਉਹਨਾਂ ਨੇ ਕਿਹਾ ਸੀ ਕਿ ਨੈਟ ਫ੍ਰੀ ਫ੍ਰੀ ਹੌਲੀ ਹੌਲੀ ਫੇਰ ਉਹ ਕਹਿੰਦੇ ਜੀ 100 ਰੁਪਿਆ ਮਹੀਨੇ ਦਾ ਫਿਰ ਕਹਿੰਦੇ ਜੀ 200 ਹੁਣ ਭਾਵੇਂ ਉਹ ਜਦੋਂ ਕੰਪਨੀਆਂ ਹੀ ਸੁੱਟ ਲੀਆਂ ਬਾਕੀ ਸਾਰੀਆਂ ਹੁਣ ਭਾਵੇਂ ਤੁਹਾਨੂੰ ਮਹੀਨੇ ਦਾ 500 ਚ ਵੇਚੀ ਜਾਣ ਤੁਹਾਨੂੰ ਯਾਦ ਹੋਣਾ ਜਦੋਂ ਇੰਟਰਨੈਟ ਆਇਆ ਸਾਢੇ 16 ਰੁਪਏ ਪਰ ਮਿੰਟ ਇਨ ਕਮਿੰਗ ਹੁੰਦੀ ਸੀ ਸਾਢੇ 16 ਰੁਪਏ ਪਰ ਮਿੰਟ ਆਊਟ ਗੋਇੰਗ ਹੁੰਦੀ ਸੀ ਤੇ ਉਦੋਂ ਮੇਰੀ ਤਨਖਾਹ 3500 ਰੁਪਏ ਸੀ ਮਹੀਨੇ ਦੀ ਤਾਂ ਹੁਣ ਉਦੋਂ ਵੀ ਲੋਕਾਂ ਨੇ ਵੇਸਤਮਾਲ ਕੀਤਾ ਉਹ ਆਦਤ ਪਾ ਰਹੀ ਹੈ ਜਿਵੇਂ ਅੰਗਰੇਜ਼ਾਂ ਨੇ ਚਾਹ ਦੀ ਪਹਿਲਾਂ ਹੱਤ ਪਾਤੀ ਮੁਫਤ ਚਾਹ ਵੰਡੀ ਫਿਰ ਮੁੱਲ ਵੇਚੀ ਹੁਣ ਉਹ ਤੋਂ ਇਹਨਾਂ ਨੂੰ ਕਿਸਾਨਾਂ ਨੂੰ ਹੌਲੀ ਹੌਲੀ ਪਹਿਲਾਂ ਹੱਤ ਪਾਉਣਗੇ ਜਦੋਂ ਸਾਡੇ ਇੱਥੇ ਇਹੋ ਜੀ ਪੈਦਾਵਾਰ ਹੋਣ ਲੱਗ ਗਈ ਜਿਹਦੀ ਸਾਨੂੰ ਪੰਜਾਬ ਨੂੰ ਜਾਂ ਹਿੰਦੁਸਤਾਨ ਨੂੰ ਲੋੜ ਨਹੀਂ ਹੈਗੀ ਭਾਵੇਂ ਉਹ ਸ਼ਿਮਲਾ ਮਿਰਚਾਂ ਦੀ ਜਿਵੇਂ ਮੈਂ ਗੱਲ ਕਰ ਰਿਹਾ ਸੀ ਭਾਵੇਂ ਕੋਈ ਸਬਜ਼ੀਆਂ ਭਾਵੇਂ ਫਰੂਟ ਹੈ ਤਰ੍ਹਾਂ ਤਰ੍ਹਾਂ ਦੇ ਹੋਰ ਜਿਹਦੀ ਸਾਡੇ ਇੱਥੇ ਖਪਤ ਨਹੀਂ ਸਾਨੂੰ ਇੱਥੇ ਹਜੇ ਵੀ ਕਣਕ ਛੋਨੇ ਦੀ ਲੋੜ ਹੈਗੀ ਹੈ ਉਹਨਾਂ ਨੇ ਭਾਵੇਂ ਲੱਖ ਆਪਾਂ ਕਹੀ ਜੇ ਵੀ ਸਾਡੀ ਇਹ ਸਾਨੂੰ ਇਹ ਬੰਦ ਕਰ ਦੇਣਾ ਚਾਹੀਦਾ ਇਸ ਫਸਲੀ ਚੱਕਰ ਚ ਇਹ ਵੀ ਜਿਹੜਾ ਬੜੀ ਪਲੈਨਿੰਗ ਨਾਲ ਕਰ ਰਿਹਾ ਕਿ ਤੁਹਾਨੂੰ ਇਸ ਫਸਲੀ ਚੱਕਰ ਚੋਂ ਨਿਕਲ ਜਾਣਾ ਚਾਹੀਦਾ ਤਾਂ ਕਿ ਕਿਸਾਨ ਆਪਦਾ ਮਨ ਬਣਾ ਲੈਣ ਤੇ ਇੱਥੇ ਸਾਡੇ ਸਾਰੇ ਉਹੀ ਖਪਤ ਹੋਊਗੀ ਸਾਡੇ ਉੱਥੇ ਪੈਦਾਵਾਰ ਉਹੀ ਹੋਊਗੀ ਜਿਹੜੀ ਕਿ ਬਾਹਰ ਰਿਕੁਆਇਰਡ ਹੈ ਤਾਂ ਕਿ ਇੱਥੋਂ ਬਾਹਰ ਉਹ ਗਰੋਥ ਕਰਕੇ ਭੇਜੀ ਜਾ ਸਕੇ ਤੇ ਬਾਹਰ ਲਈ ਜਿਹੜੀ ਵੀ ਜਿੰਨਾ ਵੀ ਨਾਜ ਹੈ ਉਹਨੂੰ ਬਾਹਰੋਂ ਮੰਗਾਇਆ ਜਾਊਗਾ ਤੇ ਅਲਟੀਮੇਟਲੀ ਉਹੀ ਹੋਣਾ ਜੋ ਅਮਰੀਕਾ ਚਾਹੁੰਦਾ ਹੈ ਜਾਂ ਜੋ ਇਹਨਾਂ ਦੇ ਜਿਹੜੇ ਲੋਮੀਨਾਟੀ ਲਾਲੋ ਬਣੀ ਹੋਈ ਹੈ ਉਹ ਚਾਹੁੰਦੀ ਹੈ ਉਹ ਚਾਹੁੰਦੇ ਹੈ ਕਿ ਇਹ ਸਾਡੇ ਤੇ ਇੰਨੀ ਬੁਰੀ ਤਰ੍ਹਾਂ ਨਿਰਪਰ ਹੋ ਜਾਣ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਜੰਗ ਦੇ ਹਾਲਾਤਾਂ ਜਾਂ ਕਿਵੇਂ ਮਰਜੀ ਅਸੀਂ ਕਿਸ ਮਰਜੀ ਪਾਸੇ ਵਰਤ ਸਕੀਏ ਕਿਉਂਕਿ ਅਨਾਜ ਤਾਂ ਉਹਨਾਂ ਮੁਲਕਾਂ ਤੋਂ ਮੰਗਾਵਾਂਗੇ ਜਿੱਦੋਂ ਸਾਡੇ ਇੱਥੇ ਅਨਾਜ ਪੈਦਾ ਹੀ ਨਹੀਂ ਹੋਊਗਾ ਅਸੀਂ ਟੋਟਲ ਦਾ ਟੋਟਲ ਨਿਰਪਰ ਹੋ ਗਏ ਅਮਰੀਕਾ ਤੇ ਫਾਰ ਐਗਜ਼ਾਮਪਲ ਕਿਉਂਕਿ ਉੱਥੇ ਬਹੁਤ ਜ਼ਿਆਦਾ ਜਗ੍ਹਾ ਖੁੱਲੀ ਪਈ ਹੈ ਉੱਥੇ ਵੱਡੇ ਵੱਡੇ ਖੇਤ ਹੈ ਹਜ਼ਾਰਾਂ ਕਿੱਲਾਂ ਦੇ ਖੇਤ ਹੈ ਵੱਡੇ ਵੱਡੇ ਟਰੈਕਟਰ ਉਹਦੇ ਨਾਲ ਖੇਤੀਬਾੜੀ ਹੁੰਦੀ ਹੈ ਤੇ ਇੱਕ ਇੱਕ ਕਿਸਾਨ ਦੀ 2-2000 ਕਿੱਲਾ 5-5000 ਕਿੱਲਾ ਜ਼ਮੀਨ ਹੈ ਤਾਂ ਉੱਥੇ ਉਹ ਉਹ ਵੀ ਉਥੋਂ ਵਾਲੇ ਕਿਸਾਨ ਵੀ ਛੱਡ ਰਹੇ ਆ ਖੇਤੀਬਾੜੀ ਕਰਨੀ ਛੱਡ ਰਿਹਾ ਹੌਲੀ ਹੌਲੀ ਵੱਡੀਆਂ ਕੰਪਨੀਆਂ ਕੋਲੇ ਜ਼ਮੀਨਾਂ ਆਉਂਦੀਆਂ ਜਾ ਰਹੀਆਂ ਉਹ ਸਾਰੀ ਦੀ ਸਾਰਾ ਅਨਾਜ ਇੱਥੇ ਭੇਜਣਗੇ ਤੇ ਨਾਲ ਸ਼ਰਤਾਂ ਰੱਖ ਕੇ ਪੋਲੀਟੀਕਲ ਸ਼ਰਤਾਂ ਰੱਖ ਕੇ ਇਹ ਨਹੀਂ ਕਿ ਕੋਈ ਸ਼ਰਤ ਰੱਖਣਗੇ ਵੀ ਆਹ ਅਨਾਜ ਦੇ ਬਦਲੇ ਸਾਨੂੰ ਭਾਈ ਤੁਸੀਂ ਆਲੂ ਭੇਜਣੇ ਆ ਪੋਲੀਟੀਕਲ ਸ਼ਰਤ ਹੋਊਗੀ ਕਿ ਅਸੀਂ ਤੁਹਾਨੂੰ ਅਨਾਜ ਭੇਜਾਂਗੇ ਤੁਸੀਂ UNO ਦੇ ਵਿੱਚ ਸਾਡੇ ਆ ਫਲਾਨਾ ਰੈਜ਼ੋਲੂਸ਼ਨ ਲਿਆਵਾਂਗੇ ਉਹਦੇ ਹੱਕ 'ਚ ਵੋਟ ਪਾਉਣੀ ਹੈ ਹੁਣ ਤੁਸੀਂ ਪਾਕਿਸਤਾਨ ਦੇ ਅਗੇਂਸਟ ਵੋਟ ਪਾਉਣੀ ਹੈ ਹੁਣ ਤੁਸੀਂ ਚਾਈਨਾ ਦੇ ਅਗੇਂਸਟ ਵੋਟ ਪਾਉਣੀ ਹੈ ਕੱਲੀ ਵੋਟ ਪਾਉਣ ਨਹੀਂ ਹੁਣ ਤੁਸੀਂ ਪੀਸਕੀਪਿੰਗ ਫੋਰਸ ਦੇ ਨਾਮ ਤੇ ਫਲਾਨੀ ਜਗ੍ਹਾ ਆਪਣੀ ਫੌਜ ਭੇਜਣੀ ਹੈ ਸਾਡਾ ਇਹ 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 ਹਾਲਾਤ ਲਿਆਉਣਗੇ ਸਾਡੇ ਇੱਥੇ ਤੇ ਜਿਹੜਾ ਛੋਟਾ ਦੁਕਾਨਦਾਰ ਦੀ ਜਿੱਥੋਂ ਮੈਂ ਗੱਲ ਕਰ ਰਿਹਾ ਸੀ ਉਹਨਾਂ ਨੂੰ ਸੰਗਠਿਤ ਕਰਨ ਦੀ ਲੋੜ ਹੈ ਕਿਸਾਨ ਸਾਡੇ ਸੰਗਠਿਤ ਹੈ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਦੇ ਤੇ ਹਰਿਆਣੇ ਦੇ ਭਾਵੇਂ ਲੱਖ ਕਿਲੋ ਕਿਥੇ ਇੰਨੀਆ ਕਿਸਾਨੀ ਹੁਣੀ ਨਾ ਪਰ ਫਿਰ ਵੀ ਕੇਂਦਰ ਤੇ ਦਬਾਅ ਹੈ ਸਾਡੀ ਕਿਸਾਨੀ ਦਾ ਸਾਡੀ ਕਿਸਾਨੀ ਯੂਨੀਅਨਾਂ ਦੀ ਸਟਰੈਂਥ ਦਾ ਦਬਾਅ ਹੈਗਾ ਉਹਨਾਂ ਤੇ ਪਰ ਸਾਡਾ ਦੁਕਾਨਦਾਰ ਉਹਨੂੰ ਤਾਂ ਐਮ ਅਸਲ ਦੇਣਗੇ ਸਾਡੇ ਜਿਹੜੇ ਆ ਵੱਡੇ ਵੱਡੇ ਸਟੋਰ ਬਣ ਗਏ ਇਹਨਾਂ ਨੇ ਹੋਰ ਇੰਨੀ ਚੇਨ ਆਪਦੀ ਡਿਵੈਲਪ ਕਰ ਲੈਣੀ ਹੈ ਜਿਵੇਂ ਫੋਰਨ ਦੇ ਵਿੱਚ ਇਸ ਤਰ੍ਹਾਂ ਇਸ ਸਮੇਂ ਹੈਗਾ ਜਿਵੇਂ ਮੈਂ ਕੈਨੇਡਾ ਵੀ ਦੇਖਿਆ ਜਾਂ ਆਸਟ੍ਰੇਲੀਆ ਤੁਸੀਂ ਨਿੱਕੀ ਜਿਹੀ ਵੀ ਚੀਜ਼ ਲੈਣੀ ਹੈ ਤੁਹਾਨੂੰ ਵੱਡੇ ਸਟੋਰ ਤੀ ਜਾਣਾ ਪਊਗਾ ਗੱਡੀ ਡਰਾਈਵ ਕਰਕੇ ਉਥੋਂ 5 ਕਿਲੋਮੀਟਰ ਉੰਬਚੂਰ ਆ ਉਹਨਾਂ ਦੇ ਵਰਡ ਵੀ ਆਜੋ ਆਪਾਂ ਅੱਜ ਗਰੋਸਰੀ ਕਰਨ ਜਾਣਾ ਠੀਕ ਹੈ ਉਹ ਉਹ ਇੱਥੇ ਵੀ ਉਹੀ ਹਾਲ ਉਹ ਵੀ ਗਰੋਸਰੀ ਕਰਨ ਜਾਣਾ ਰਿਲਾਇੰਸ ਤੇ ਤੇ ਜਾਂ ਫਲਾਨੇ ਸਟੋਰ ਤੇ ਛੋਟਾ ਦੁਕਾਨਦਾਰ ਬਿਲਕੁਲ ਖਤਮ ਹੋਜੂ ਤਾਲੇ ਲਾ ਦੇਣਗੇ ਦੁਕਾਨਾਂ ਨੂੰ ਫਿਰ ਇਹੀ ਦੁਕਾਨਦਾਰ ਇੰਨਾ ਵੱਡੇ ਮਾਰਟਸ ਮਾਲਾਂ ਦੇ ਵਿੱਚ ਸੇਲਸਮੈਨ ਲੱਗੇ ਹੋਣਗੇ ਕਿਉਂਕਿ ਕੰਮ ਤਾਂ ਹੋਰ ਆਉਂਦਾ ਨਹੀਂ ਤੇ ਸਾਡੀ ਜਿਹੜੀ ਕਿਸਾਨੀ ਦੀ ਲੇਬਰ ਹੈ ਉਹ ਸਾਰੀ ਦੀ ਸਾਰੀ ਜਾਊਗੀ ਸ਼ਹਿਰਾਂ ਨੂੰ ਕਿਉਂਕਿ ਰਘੂਰਾਮ ਰਾਜਨ ਹੋਣਾਂ ਨੇ 2018 ਚ ਬਿਆਨ ਜਿਹੜਾ ਦਿੱਤਾ ਸੀ ਕਿ ਸਾਡਾ ਜਿਹੜੀ ਇਕਨੋਮੀ ਦਾ ਰਿਫਾਰਮ ਤਾਂ ਹੀ ਸੰਭਵ ਹੈ ਜੇ ਸਾਡੀ ਐਗਰੀਕਲਚਰ ਦੀ ਜਿੰਨੀ ਵੀ ਲੇਬਰ ਆ ਉਹ ਇੰਡਸਟਰੀ ਵੱਲ ਨੂੰ ਆਊਗੀ ਤਾਂ ਸਾਡੇ ਇਥੋਂ ਕਿਸਾਨ ਜਿਹੜੇ ਭਾਵੇਂ ਕਿਸੇ ਦੇ 5 ਕਿੱਲੇ ਆ ਭਾਵੇਂ ਕਿਸੇ ਦੇ 2 ਆ ਕਿਸੇ ਦੇ ਕਿੰਨੇ ਹੀ ਆ ਉਹ ਸ਼ਹਿਰਾਂ ਦੇ ਵਿੱਚ ਜਾ ਕੇ ਲੇਬਰ ਕਰ ਰਿਆ ਹੋਊਗਾ ਇਹਨਾਂ ਦੀਆਂ ਫੈਕਟਰੀਆਂ ਦੇ ਵਿੱਚ ਤਾਂ ਇਹ ਸਾਰੇ ਦਾ ਸਾਰਾ ਜਿਹੜਾ ਤਾਣਾ ਬਾਣਾ ਉਹ ਇੱਕ ਬੜਾ ਮੱਕੜੀ ਦੇ ਜਾਲੇ ਵਾਂਗੂ ਇਹਨਾਂ ਨੇ ਬੁਣਿਆ ਤਾਂ ਕਿ ਲੋਕ ਇਸ ਚੋਂ ਨਿਕਲ ਨਾ ਸਕਣ ਪਰ ਜੇ ਆਪਾਂ ਇਹਨਾਂ ਗੱਲਾਂ ਨੂੰ ਸਮਝਦੇ ਹੋਏ ਇੱਕਾ ਕਰਕੇ ਕੱਲੇ ਕਿਸਾਨਾਂ ਦਾ ਨਹੀਂ ਕਿਸਾਨ ਤੇ ਮਜ਼ਦੂਰਾਂ ਦਾ ਵੀ ਨਹੀਂ ਕਿਸਾਨਾਂ ਦਾ ਮਜ਼ਦੂਰਾਂ ਦਾ ਦੁਕਾਨਦਾਰਾਂ ਦਾ ਕਰਮਚਾਰੀਆਂ ਦਾ ਆ ਚਾਰੇ ਧਿਰਾਂ ਦਾ ਏਕਾ ਕਰਕੇ ਇਕੱਠਾ ਸੰਘਰਸ਼ ਤੇ ਤਿੱਖਾ ਸੰਘਰਸ਼ ਵਿੱਢੀਏ ਤਾਂ ਇਸ ਸਮੱਸਿਆ ਦਾ ਹੱਲ ਸੰਭਵ ਹੈਗਾ ਮੇਰੇ ਹਿਸਾਬ ਨਾਲ ਉਹਨਾਂ ਨੂੰ ਕਾਨੂੰਨ ਇੰਨਾ ਕੁ ਮਤਲਬ ਤੁਸੀਂ ਤੁਸੀਂ ਦਹਿਸ਼ਤ ਜ਼ਿਆਦਾ ਕਰ ਦੋਗੇ ਆਪਣੇ ਏਕੇ ਨਾਲ ਕਿ ਉਹਨਾਂ ਨੂੰ ਕਾਨੂੰਨ ਵਾਪਸ ਲੈਣਾ ਪਊਗਾ ਜੇ ਮੰਨ ਲਓ ਕੱਲ ਨੂੰ ਹਰਿਆਣੇ 'ਚ ਸਰਕਾਰ ਡਿੱਗ ਜੇ ਇੱਕ ਦੋ ਥਾਂ ਤੇ ਹੋਰ ਡਿੱਗ ਜੇ ਤਾਂ ਇਹਨਾਂ ਦਾ ਇਹਨਾਂ ਨੂੰ ਆਪਣਾ ਫਿਊਚਰ ਵੀ ਦਿਖੂਗਾ ਫਿਰ ਉਹਦੇ ਵਿੱਚ ਜਦੋਂ ਤੁੰਦਲਾ ਫਿਊਚਰ ਦੇਖੂ ਫਿਰ ਕਾਨੂੰਨ ਵਾਪਸ ਵੀ ਕਰਾਏ ਜਾ ਸਕਦੇ ਆ ਸੋ ਇਹ ਸਨ ਸਾਡੇ ਗੈਸਟ ਜਿਨ੍ਹਾਂ ਨੇ ਕਿ ਬੜੇ ਹੀ ਵਿਸਤਾਰ ਨਾਲ ਇਸ ਪੂਰੇ ਕਿਸਾਨੀ ਮਸਲੇ ਦੇ ਉੱਪਰ ਆਪਣੀ ਝਾਤ ਜਿਹੜੀ ਆਪਣੀ ਡੂੰਗੀ ਅੱਖ ਜਿਹੜੀ ਮਾਰ ਕੇ ਸਾਨੂੰ ਦੱਸਿਆ ਸਮਝਾਇਆ ਕਿ ਕਿਸ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬਿੱਲਾਂ ਨਾਲ ਕਿਸਾਨੀ ਐ ਖਤਰੇ 'ਚ ਜਾ ਸਕਦੀ ਹੈ ਕਲੀ ਕਿਸਾਨੀ ਹੀ ਨਹੀਂ ਇਹਦੇ ਨਾਲ ਮਜ਼ਦੂਰ ਤੇ ਹੋਰ ਵੀ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਕਾਰੋਬਾਰੀ ਨੇ ਉਹ ਵੀ ਆਉਣ ਵਾਲੇ ਸਮੇਂ 'ਚ ਇਹਨਾਂ ਬਿੱਲਾਂ ਨਾਲ ਖਤਰੇ ਦਾ ਸਾਹਮਣਾ ਕਰ ਸਕਦੇ ਤੇ ਕਿਸ ਤਰੀਕੇ ਨਾਲ ਨਿਕਲਿਆ ਜਾ ਸਕਦਾ ਉਹ ਤਰੀਕਾ ਸਿਰਫ ਤੇ ਸਿਰਫ ਸੰਘਰਸ਼ ਦਾ ਬਚਦਾ ਤੇ ਜਿਹਦੇ ਵਿੱਚ ਸਾਰਿਆਂ ਦੀ ਸ਼ਮੂਲੀਅਤ ਜ਼ਰੂਰੀ ਹੈ ਏਕੇ ਨਾਲ ਹੀ ਇਸ ਸੰਘਰਸ਼ ਦੇ ਵਿੱਚ ਸਰਕਾਰ ਨੂੰ ਇਸ ਬਿੱਲ ਨੂੰ ਤਿੰਨੇ ਬਿੱਲ ਜਿਹੜੇ ਇਹਨਾਂ ਨੂੰ ਵਾਪਸ ਲੈਣ ਵਾਸਤੇ ਮਜਬੂਰ ਕੀਤਾ ਜਾਂਦਾ ਇਸੇ ਤਰੀਕੇ ਨਾਲ ਅਸੀਂ ਹੋਰ ਸ਼ਕਤੀਸ਼ੀਲਤਾ ਤੁਹਾਡੇ ਸਾਹਮਣੇ ਪੇਸ਼ ਕਰਦੇ ਰਵਾਂਗੇ ਜਿਸ ਨਾਲ ਇਹਨਾਂ ਬਿੱਲਾਂ ਦੇ ਉੱਪਰ ਅੰਤਰ ਝਾਤ ਵਜਦੀ ਰਹੇ ਤੇ ਹੋਰ ਮਸਲਾਂ ਦੇ ਉੱਪਰ ਤੁਹਾਡੀ ਇੱਕ ਨਿਗਾਹ ਜਿਹੜੀ ਆ ਉਹ ਕੱਢਦੇ ਰਹੀਏ ਸੋ ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ ਧੰਨਵਾਦ